ਸਹਾਬਾ ਦਾੜਾ ਮਾਰ ਕੇ ਰੋ ਰਹੇ। ਕਿਸੇ ਨੇ ਆਖਿਆ ਦਾਈਆ ਚੁੱਪ ਕਰ ਜਾ, ਕਿਉਂ ਪਿਆ ਨਬੀ ਨੂੰ ਰੁਲਾਣਾ ਹੈ? ਤੇਰੇ ਆਕਾ ਨੇ ਫਰਮਾਇਆ ਦਾਈਆ ਇੱਕ ਵਾਰੀ ਫੇਰ ਉਸ ਬੇਟੀ ਦੀ ਗੱਲ ਸੁਣਾਓ ਜਿਹੜੀ ਮੁਹੰਮਦ ਦੀ ਆਉਂਦੀ ਕਈ ਕਰਦੀ ਤੁਰ ਗਈ। ਆਮੀਨ ਆਮੀਨ ਆਮੀਨ। ਈਸਾ ਦੀ ਵਲਾਦਤ ਦਾ ਵੇਲਾ ਆਇਆ ਤੇ ਅੰਮੀ ਨੂੰ ਬਾਹਰ ਭੇਜਿਆ ਜਾ ਰਿਹਾ। ਅਲੀ ਦੀ ਵਿਲਾਦਤ ਦਾ ਵੇਲਾ ਆਇਆ ਤੇ ਅੰਮੀ ਨੂੰ ਅੰਦਰ ਬੁਲਾਇਆ ਜਾ ਰਿਹਾ। ਕੋਈ ਇਹ ਨਾ ਆਖੇ ਆਸੀ ਸਾਹਿਬ ਅਜ਼ਮਤ ਦਾ ਤਕਾਬੁਲ ਕਰ ਦਿੱਤਾ, ਨਹੀਂ। ਈਸਾ ਅਲੈਹਿ ਸਲਾਮ ਨਬੀ ਨੇ ਤੇ ਹਜ਼ਰਤ ਮੌਲਾ ਅਲੀ ਸਾਹਬੀ ਰਸੂਲ ਨੇ ਨਾਨਾ ਦੋਤਰੇ ਨੂੰ ਮੋਢੇ ਤੇ ਚੁੱਕ ਲਵੇ ਤੇ ਨਾਨੇ ਨਾਲੋਂ ਦੋਤਰੇ ਦਾ ਮੁਕਾਮ ਬਹੁਤਾ ਨਹੀਂ ਹੁੰਦਾ, ਨਾਨਾ ਫਿਰ ਵੀ ਨਾਨਾ ਰਹਿੰਦਾ, ਦੋਤਰਾ ਫਿਰ ਵੀ ਦੋਤਰਾ ਹੀ ਰਹਿੰਦਾ। ਇੱਕ ਤਕਾਬੁਲ ਨਹੀਂ ਅਜ਼ਮਤ ਦਾ। ਈਸਾ ਅਲੈਹਿ ਸਲਾਮ ਨਬੀ ਨੇ ਅਲੀ ਉਲ ਮੁਰਤਜ਼ਾ ਸ਼ੇਰ ਖੁਦਾ ਹੈਦਰ ਕਰਾਰ ਰਜ਼ੀ ਅੱਲਾਹ ਤਾਲਾ ਅਨਹੂ ਸਹਾਬੀ ਰਸੂਲ ਨੇ ਵਲੀ ਨੇ ਵਲੀਆਂ ਦੇ ਵਲੀ ਨੇ ਇਮਾਮੁਲ ਔਲੀਆ ਨੇ। ਮੈਂ ਅਜ਼ਮਤ ਦਾ ਤਕਾਬੁਲ ਨਹੀਂ ਕਰ ਰਿਹਾ, ਪਰ ਹੋਰੇ ਗੁਲਾਮੀ ਹੈ ਮੁਸਤਫਾ ਦਾ ਹੀ ਸਿਲਾ ਕਿ ਅਲੀ ਦੀ ਅੰਮੀ ਨੂੰ ਅੰਦਰ ਬੁਲਾਇਆ ਜਾ ਰਿਹਾ। ਹੁਣ ਮੈਂ ਇਹਦਾ ਤਰਜਮਾ ਜੇ ਕਰਨਾ ਕਾਬੇ ਚ ਵਿਲਾਦਤ ਹੈਦਰ ਦੀ ਮਸਜਿਦ ਚ ਸ਼ਹਾਦਤ ਹੈਦਰ ਦੀ ਇਰਸ਼ਾਦ ਹਕਮਲੀ ਵਾਲਦਾ ਹਬੀਬ ਇਬਾਦਤ ਹੈਦਰ ਦੀ। ਹੁਣ ਸਾਰੇ ਮਲ ਕੇ ਬੋਲੀਏ ਆਮੀਨ ਆਮੀਨ ਆਮੀਨ। ਜ਼ਿਕਰੋ ਅਲੀ ਯਾਨੀ ਇਬਾਦਤ, ਮੈਂ ਤੁਹਾਡੇ ਕੋਲ ਇਸ ਵਾਸਤੇ ਪੜ੍ਹਾ ਰਿਹਾ ਕਿ ਅਲੀ ਦਾ ਜ਼ਿਕਰ ਕਰਨਾ ਵੀ ਇਬਾਦਤ ਹੈ, ਆਓ ਰਲ ਕੇ ਇਬਾਦਤ ਕਰੀਏ। ਅਲੀ ਦਾ ਚਿਹਰਾ ਵੇਖਣਾ ਵੀ ਇਬਾਦਤ ਹੈ, ਅਲੀ ਦਾ ਜ਼ਿਕਰ ਵੀ ਇਬਾਦਤ ਹੈ। ਨੌਜਵਾਨ ਹੁਣ ਮੌਲਾ ਅਲੀ ਕਾਬੇ ਚ ਆਏ, ਸ਼ਰੀਅਤ ਮੁਸਤਫਾ ਦਾ ਕਾਇਦਾ ਕੁਲੀਆ ਕਾਨੂੰਨ ਜ਼ਾਬਤਾ ਤੇ ਮਸਲਾ ਕਿ ਔਰਤ ਬੱਚੇ ਨੂੰ ਜਨਮ ਦੇਵੇ ਨਾ, 40 ਦਿਨ ਤੱਕ ਔਰਤ ਹਾਲਤ ਨਿਫਾਸ ਚ ਨਮਾਜ਼ ਨਹੀਂ ਪੜ੍ਹ ਸਕਦੀ। ਔਰਤ ਬੱਚੇ ਨੂੰ ਜਨਮ ਦੇਵੇ ਤੇ ਹਾਲਤ ਨਿਫਾਸ ਵਿੱਚ ਔਰਤ ਕਾਬੇ ਦਾ ਤਵਾਫ ਨਹੀਂ ਕਰ ਸਕਦੀ, ਕੁਰਾਨ ਮਜੀਦ ਦੀ ਤਿਲਾਵਤ ਨਹੀਂ ਕਰ ਸਕਦੀ, ਕੁਰਾਨ ਮਜੀਦ ਦੀ ਜਿਲਦ ਨੂੰ ਹੱਥ ਨਾ ਲਗਾਵੇ, ਕਾਬੇ ਨੂੰ ਹੱਥ ਨਾ ਲਗਾਵੇ, ਕਾਬੇ ਦੇ ਪਰਦੇ ਨੂੰ ਵੀ ਹੱਥ ਨਾ ਲਗਾਵੇ। ਕਿਉਂ? ਕਿਉਂਕਿ ਦੁਨੀਆਦਾਰ ਔਰਤ ਨੇ ਦੁਨੀਆਦਾਰ ਬੱਚੇ ਨੂੰ ਜਨਮ ਦਿੱਤਾ ਹੈ, ਔਰਤ ਪਾਕ ਨਹੀਂ, ਲਿਹਾਜ਼ਾ ਉਹ ਕਾਬੇ ਨਾ ਜਾਵੇ। ਮੈਨੂੰ ਸੱਚੀ ਦੱਸ, ਔਰਤ ਤੇ ਬੱਚੇ ਨੂੰ ਜਨਮ ਦੇ ਕੇ ਕਾਬੇ ਜਾ ਨਹੀਂ ਸਕਦੀ, ਉਹ ਕਿੰਨਾ ਕੁ ਪਾਕ ਹੋਵੇਗਾ ਉਹ ਜਿਹੜਾ ਪੈਦਾ ਹੀ ਕਾਬੇ ਦੇ ਵਿੱਚ ਪਿਆ ਹੁੰਦਾ ਹੈ, ਉਹ ਕਿੰਨਾ ਪਾਕ ਹੈ। ਮੇਰਾ ਦਿਲ ਕਰਦਾ ਪਹਿਲੇ ਮੈਂ ਉਹਦੀ ਪਾਕੀ ਤੇ ਕੁਰਾਨ ਪੜ੍ਹਾਂ ਤੇ ਫਿਰ ਮੀਆਂ ਮੁਹੰਮਦ ਬਖਸ਼ ਦਾ ਕਲਾਮ ਪੜ੍ਹਾਂ। ਸੁੰਨੀ ਮਾਂ ਦਾ ਪੁੱਤਰ ਬੋਲੇ ਸੁਭਾਨ ਅੱਲਾਹ,
ਮੈਂ ਸਿਰਫ ਅੱਜ ਤੁਹਾਨੂੰ ਵਿਲਾਦਤ ਹੀ ਸੁਣਾਉਣੀ ਹੈ, ਸ਼ਾਨ ਅਦਮਤ ਉਸ ਅਲੀ ਦੀ ਅਦਮਤ ਦੇ ਪਹਿਲੂ ਸੁਨਾਮਾ ਤੇ ਆਇਆ ਤੇ ਫਿਰ ਤੇ ਇੱਥੇ ਜ਼ਿੰਦਗੀਆਂ ਖਤਮ ਹੋਈ ਔਰ ਕਲਮ ਟੁੱਟ ਗਏ। ਕੌਣ ਹੈ ਜਿਹੜਾ ਅਲੀ ਦੀਆਂ ਸ਼ਾਨਾਂ ਬਿਆਨ ਕਰੇ? ਕਿਤਾਬਾਂ ਉਲਮਾ ਜਾਣਦੇ ਨੇ, ਕਿਤਾਬਾਂ ਭਰੀਆਂ ਪੜੀਆਂ ਮੌਲਾ ਅਲੀ ਦੀ ਅਜ਼ਮਤ ਦੀ, ਤਾਰੀਖ ਦੀਆਂ, ਸੀਰਤ ਦੀਆਂ, ਅਜ਼ਮਤ ਨਾਲ ਕੁਰਾਨ ਭਰਿਆ ਪੜਿਆ, ਤਫਾਸੀਰ ਭਰੀਆਂ, ਅਹਾਦੀਸ ਭਰੀਆਂ, ਤੋ ਮੈਂ ਕਿਹੜੇ ਕਿਹੜੇ ਉਹਦੇ ਸ਼ਾਨ ਦੇ ਪਹਿਲੂ ਅਰਜ਼ ਕਰਾਂ? ਅੱਜ ਸਿਰਫ ਵਿਲਾਦਤ ਸੁਣਾਉਣੀ ਹੈ ਤੇ ਜਾਂਦੇ ਸੋਚਦੇ ਜਾਇਆ ਜੇ ਜਿਹੜੇ ਅਲੀ ਦੀ ਵਿਲਾਦਤ ਏਡੀ ਬੇਮਿਸਾਲ ਹੈ, ਉਸ ਅਲੀ ਦੀ ਜ਼ਾਤ ਕਿੰਨੀ ਕੁ ਬੇਮਿਸਾਲ ਹੋਵੇਗੀ। ਅੱਲਾ ਨੇ ਇਰਸ਼ਾਦ ਫਰਮਾਇਆ, ਇਨਮਾ ਯੁਰੀਦੁਲਲਾਹ ਲਿਯੁਜ਼ਹਿਬਾਕੁਮ ਰਿਜ਼ਾ ਅਹਲਲ ਬੈਤ ਵਯੁਤਹਿਰਕੁਮ ਤਤਹੀਰਾ। ਮੀਆਂ ਸਾਹਿਬ ਨੇ ਦਫ਼ਤਰ ਜਮਾਂ ਦੇ ਫਰਮਾਇਆ, ਆ ਫਰਮਾਉਂਦੇ ਨੇ ਆਲ ਨਬੀ ਔਲਾਦ ਅਲੀ ਦੀ ਸੂਰਤ ਸ਼ਕਲ ਉਹਨਾਂ ਦੀ ਨਾਮ ਲਿਆ ਲੱਖ ਪਾਪ ਨਹੀਂ ਰਹਿੰਦੇ ਤੇ ਮੈਲ ਅੰਦਰ ਦੀ ਜਾਂਦੀ। ਨੌਜਵਾਨੋ, ਨਾਮ ਲਿਆ ਲੱਖ ਪਾਪ ਨਹੀਂ ਰਹਿੰਦੇ, ਇੰਨੇ ਪਾਕ ਨੇ ਨਬੀ ਦੇ ਘਰ ਵਾਲੇ। ਸਿਰਫ ਨਾਮ ਲਈਏ ਤੇ ਬੰਦਾ ਆਪ ਪਾਕ ਹੋ ਜਾਂਦਾ। ਨਾਮ ਲਿਆ ਲੱਖ ਪਾਪ ਨਹੀਂ ਰਹਿੰਦੇ, ਮੈਲ ਅੰਦਰ ਦੀ ਜਾਂਦੀ। ਅਲੀ ਅਲੀ ਕੀਤਿਆਂ ਬੰਦੇ ਦੇ ਦਿਲ ਦੀ ਮੈਲ ਉਤਰ ਜਾਂਦੀ ਹੈ। ਯਕੀਨ ਕਰਿਆ ਜੋ ਵਲੀ ਬਣ ਨਹੀਂ ਸਕਦਾ ਜਿਹੜਾ ਅਲੀ ਦੇ ਬੂਹੇ ਤੇ ਜਾ ਚੁੱਕੇ, ਉਹ ਨਹੀਂ ਵਲੀ ਬਣ ਸਕਦਾ। ਤੇ ਤੁਸੀਂ ਗੌਰ ਯਾਦ ਰਜ਼ੀ ਅੱਲਾਹੁ ਤਾਲਾ ਖਰਾਮਾ ਖਰਾਮਾ ਮੇਰੇ ਆਕਾ ਆਏ ਤੇ ਆ ਕੇ ਫਰਮਾਇਆ, ਚਾਚੀ ਜੀ ਲਿਆਓ ਨਾ ਤਰਾ ਮੇਰਾ ਵੀਰ ਮੇਰੀ ਗੋਦੀ ਵਿੱਚ। ਅਲੀ ਦੀ ਅੰਮੀ ਨੇ ਅਲੀ ਨੂੰ ਜਦੋਂ ਨਬੀ ਦੀ ਗੋਦ ਵਿੱਚ ਰੱਖਿਆ ਨਾ ਤੇ ਛਮ ਛਮ ਥਰੂ ਜਿਵੇਂ ਤਸਬੀਹ ਟੁੱਟ ਜਾਵੇ ਤੇ ਤਸਬੀਹ ਦੇ ਦਾਣੇ ਗਿਰਦੇ ਨਾ, ਇੰਜ ਮਾਂ ਦੀਆਂ ਅੱਖੀਆਂ ਵਿੱਚੋਂ ਨਾ ਅਥਰੂ। ਰਸੂਲ ਅਰਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਵੇਖ ਕੇ ਫਰਮਾਇਆ, ਚਾਚੀ ਜੀ ਅੱਲਾ ਪੁੱਤਰ ਦੇਵੇ ਤੇ ਲੋਕ ਤੇ ਲੱਡੂ ਬਣਦੇ, ਮਿਠਾਈਆਂ ਬਣਦੇ, ਮਰੂੰਡੇ ਬਣਦੇ, ਹੈ ਤੁਸੀਂ ਰੋਂਦੀਆਂ? ਅਰਜ਼ ਕੀਤੀ, ਸੋਹਣਿਆ ਖੁਸ਼ ਤੇ ਮੈਂ ਵੀ ਬੜੀ ਸਾਹ, ਪਰ ਅੱਜ ਤਿੰਨ ਦਿਨ ਗੁਦਰੇ ਨੇ ਬੱਚਾ ਦੁਨੀਆਂ ਤੇ ਆਇਆ ਤੇ ਅੱਖ ਨਹੀਂ ਖੋਲਦਾ ਤੇ ਮੈਂ ਰੋਂਦੀਆਂ ਉਹਦੇ, ਇਹਦੀਆਂ ਅੱਖੀਆਂ ਕੋਈ ਨਹੀਂ। ਮੇਰੇ ਕਰੀਮ ਨੇ ਫਰਮਾਇਆ, ਲਿਆਓ ਚਾਚੀ ਜੀ ਮੈਂ ਚੈੱਕ ਕਰਾਂ। ਅਲੀ ਨਬੀ ਦੀ ਗੋਦ ਵਿੱਚ ਆਏ ਨਾ ਤੇ ਅਲੀ ਨੇ ਅੱਖ ਖੋਲ ਕੇ ਨਬੀ ਦੇ ਚਿਹਰੇ ਵੱਲ ਵੇਖਿਆ ਤੇ ਹਜ਼ੂਰ ਫਰਮਾਉਂਦੇ ਨੇ, ਚਾਚੀ ਜੀ ਤੁਸੀਂ ਕਹਿੰਦੇ ਹੋ ਅੱਖਾਂ ਕੋਈ ਨਹੀਂ, ਇਹਦੇ ਵਰਗੀਆਂ ਤੇ ਅੱਖਾਂ ਹੀ ਕੋਈ ਨਹੀਂ। ਓਏ ਜਿਹੜੀ ਅੱਖ ਨਬੀ ਨੂੰ ਵੇਖਿਆ ਬਾਜ ਖੁੱਲੇ ਹੀ ਨਾ, ਮੈਨੂੰ ਕਸਮ ਮਿੰਬਰ ਰਸੂਲ ਦੀ, ਮੈਂ ਜਿਸ ਦਿਨ ਗੱਲ ਪੜ੍ਹੀ ਨਾ, ਆ ਜਿਹੜੀ ਮੈਂ ਸੁਣਾਉਣ ਲੱਗਾ, ਮੈਂ ਪਤਾ ਨਹੀਂ ਕਿਤਨੇ ਦਿਨ ਇਸ ਗੱਲ ਦੇ ਸਰੂਰ ਵਿੱਚ ਰਿਹਾ ਕਿ ਕਈ ਸਹਾਬਾ ਜਦੋਂ ਰਾਤ ਨੂੰ ਆਪਣੇ ਘਰਾਂ ਚ ਲੇਟਦੇ ਸਨ ਨਾ, ਕਸਮ ਉਠਾ ਕੇ ਲੇਟਦੇ ਸਨ ਕਿ ਮੈਨੂੰ ਅੱਲਾ ਦੀ ਕਸਮ ਹੈ, ਮੈਂ ਸੁਬਾ ਜਦੋਂ ਅੱਖ ਖੁੱਲੀ ਹੈ ਤਾਂ ਸਭ ਤੋਂ ਪਹਿਲੇ ਚਿਹਰੇ ਮੁਸਤਫਾ ਵੇਖਦਾ ਹੈ। ਉਹ ਕੀ ਕਰਦੇ ਸਨ ਕਿ ਸੁਬਾ ਜਦੋਂ ਜਾਗ ਆ ਜਾਂਦੀ ਸੀ ਨਾ ਤੇ ਅੱਖ ਨਹੀਂ ਸਨ ਖੁੱਲਦੇ, ਅੱਖ ਨਹੀਂ ਸਨ ਖੁੱਲਦੇ, ਉਹ ਨਬੀ ਕਰੀਮ ਅਲੈਹਿਸਸਲਾਮ ਦੇ ਦਰਵਾਜ਼ੇ ਦੇ ਸਾਹਮਣੇ ਆ ਕੇ ਅੱਖੀਆਂ ਤੇ ਹੱਥ ਰੱਖ ਕੇ ਨਾ ਤੇ ਇਸ ਤਰ੍ਹਾਂ ਬੈਠ ਜਾਂਦੇ ਸਨ।
ਇਹ ਹੁਣ ਮੈਂ ਆਇਆ ਤੇ ਤੁਸੀਂ ਕਿਤਨੇ ਨਾਰੇ ਤੇ ਕਿਤਨੇ ਇਸਤਿਕਬਾਲ, ਕਿਤਨੇ ਫੁੱਲ ਤੇ ਕਿਤ ਕੈਸੇ ਤਾਜ ਤੇ ਕੁਲਾਹ ਪੈ ਪਹਿਨਾ ਕੇ ਇਸਤਿਕਬਾਲ ਕੀਤਾ। ਮੈਂ ਕੀ ਤੇ ਮੇਰੀ ਔਕਾਤ ਕੀ? ਉਹ ਯਾਰ ਕੋਈ ਆਲਿਮ ਆਵੇ, ਕੋਈ ਪੀਰ ਆਵੇ, ਕੋਈ ਮੁਕਰਰ ਖਤੀਬ ਨਾਤ ਖਾਂ ਆਵੇ ਤਾਂ ਤੁਸੀਂ ਇੰਨੇ ਨਾਰੇ ਤੇ ਇਸਤਿਕਬਾਲ ਕਰਦੇ ਹੋ? ਮੈਨੂੰ ਸੱਚੀ ਦੱਸੋ, ਬਿਲਾ ਤਸ਼ਬੀਹ ਕਹਿੰਦੇ ਜਦੋਂ ਕਮਲੀ ਵਾਲੇ ਹੁਜਰੇ ਚੋਂ ਨਿਕਲਦੇ ਹੋਣਗੇ, ਸਹਾਬਾ ਕਿਵੇਂ ਇਸਤਿਕਬਾਲ ਕਰਦੇ ਹੋਣਗੇ? ਉਹ ਮੇਰੇ ਆਕਾ ਜਦੋਂ ਇਸਤਿਕਬਾਲ ਨਿਕਲਦੇ ਹੋਣਗੇ, ਸਹਾਬਾ ਨੇ ਵੇਖਣਾ ਜਦੋਂ ਬਿਸਮਿਲ੍ਲਾ, ਜਦੋਂ ਨਬੀ ਪਾਕ ਨੇ ਨਿਕਲਣਾ ਤੇ ਯਕੀਨਨ ਨਾਰੇ ਲੱਗਦੇ ਹੋਣਗੇ, ਇਸਤਿਕਬਾਲ ਹੁੰਦਾ ਹੋਵੇਗਾ। ਇਹ ਉਹ ਜਿਹਨਾਂ ਹੱਥ ਰੱਖੇ ਹੁੰਦੇ ਸਨ ਅੱਖੀਆਂ ਤੇ, ਉਹਨਾਂ ਇਸ ਤਰ੍ਹਾਂ ਕਰਕੇ ਹੱਥ ਉਠਾਣੇ ਤੇ ਸਭ ਤੋਂ ਪਹਿਲੇ ਚਿਹਰੇ ਮੁਸਤਫਾ ਸੁਬਾ ਵੇਖਣਾ। ਉਹ ਕੈਸੇ ਸਹਾਬਾ ਸਨ, ਸਵੇਰੇ ਸਵੇਰੇ ਪਹਿਲੀ ਦੀਦ ਹੀ ਮੁਸਤਫਾ ਦੀ ਕਰਦੇ ਸਨ। ਉਸ ਅਲੀ ਦੇ ਕਿਹਾ ਕਹਿੰਦੇ ਉਹ ਜ਼ਿੰਦਗੀ ਦੀ ਪਹਿਲੀ ਵਾਰ ਅੱਖ ਖੁੱਲਣੀ ਹੈ ਤੇ ਅੱਖ ਖੁੱਲੀ ਤੇ ਰੁਖੇ ਮੁਸਤਫਾ ਵੇਖਿਆ। ਮੌਲਾ ਅਲੀ ਜਵਾਨ ਹੋਏ ਤੇ ਨਬੀ ਪਾਕ ਨੇ ਇੱਕ ਦਿਨ ਫਰਮਾਇਆ, ਅਲੀ ਬਚਪਨ ਚ ਅੱਖ ਕਿਉਂ ਨਹੀਂ ਸਾਂ ਖੋਲਦਾ? ਨਬੀ ਪਾਕ ਅਲੀ ਨੂੰ ਉਸ ਦਿਨ ਦੀ ਗੱਲ ਪੇ ਪੁੱਛਦੇ ਨੇ ਜਦੋਂ ਅਲੀ ਅਜੇ 3 ਦਿਨ ਦੇ ਸਨ। 3 ਦਿਨ ਦੇ, ਸਾਡਾ ਬੱਚਾ 9-10 ਸਾਲ ਦਾ ਹੋ ਜਾਏ ਤੇ ਮਾਂ ਲਿਆ ਕੇ ਪਤਾ ਕੀ ਕਹਿੰਦੀ? ਆਸੀ ਸਾਹਿਬ ਇਹਨੂੰ ਤਵੀਜ਼ ਲਿਖ ਦਿਓ, ਇਹਨੂੰ ਹੋਸ਼ ਨਹੀਂ ਆਉਂਦੀ। ਅੱਜ ਬੁੱਧ ਦਾ ਦਿਨ ਸੀ ਨਾ ਤੇ ਬੁੱਧ ਵਾਲੇ ਦਿਨ ਮੈਂ ਕਿਉਂਕਿ ਫੈਮਿਲੀਜ਼ ਨੂੰ ਮਿਲਣਾ, ਉਦਮ ਵਾਸਤੇ ਜੋ ਬਾਬਾ ਜੀ ਨੇ ਮੇਰੀ ਡਿਊਟੀ ਲਗਾਈ ਤਾਜਦਾਰੇ ਚੂੜਾ ਸ਼ਰੀਫ ਦੇ ਦਮ ਵਾਸਤੇ, ਤਵੀਜ਼ਾਤ ਵਾਸਤੇ ਲੋਕ ਆਉਂਦੇ ਨੇ ਤੇ ਬੇਸ਼ੁਮਾਰ ਮਾਈਆਂ ਬਹਿਣਾਂ ਆਪਣੇ ਬੱਚੇ ਲੈ ਕੇ ਆਉਂਦੀਆਂ ਤੇ ਕਹਿੰਦੀਆਂ ਆਸੀ ਸਾਹਿਬ ਬੱਚੇ ਨੂੰ ਤਵੀਜ਼ ਕਰ ਦਿਓ, ਇਹਨੂੰ ਦਮ ਕਰ ਦਿਓ ਹਜ਼ੂਰ, ਇਹਨੂੰ ਹੋਸ਼ ਨਹੀਂ ਆਉਂਦਾ। ਉਹ ਦੁਨੀਆਦਾਰ ਬੱਚਾ 8-10 ਸਾਲ ਦਾ ਹੋ ਜੇ, ਮਾਂ ਕਹਿੰਦੀ ਹੋਸ਼ ਨਹੀਂ ਆਉਂਦੀ, ਵਾਹ ਅਲੀ ਮੈਂ ਤੇਰੀ ਹੋਸ਼ ਤੋਂ ਸਦਕੇ ਜਾਵਾਂ। ਨਬੀ ਨੇ ਅਲੀ ਨੂੰ ਉਸ ਦਿਨ ਦੀ ਗੱਲ ਪੁੱਛੀ ਜਿਸ ਦਿਨ ਅਜੇ ਅਲੀ ਦੀ ਉਮਰ ਹੀ 3 ਦਿਨ ਸੀ। ਹਜ਼ੂਰ ਨੇ ਫਰਮਾਇਆ ਅਲੀ ਅੱਖ ਕਿਉਂ ਨਹੀਂ ਸਾ ਖੋਲਦਾ? ਤੇ ਅਲੀ ਵੀ ਅੱਗੋਂ ਇਹ ਨਹੀਂ ਆਖਿਆ ਜੀ ਮੈਨੂੰ ਕੀ ਪਤਾ ਹੋਵੇ ਮੇਰੀ ਤਾਂ ਉਮਰ ਹੀ 3 ਦਿਨ ਸੀ, ਮੈਨੂੰ ਕੀ ਨਹੀਂ। ਅਲੀ ਨੇ ਅੱਗੋਂ ਬੋਲ ਕੇ ਆਖਿਆ, ਯਾ ਰਸੂਲ ਅੱਲਾਹ, ਕੋਈ ਬੱਚਾ ਦੁਨੀਆ ਤੇ ਆਵੇ ਅੱਖ ਖੋਲੇ, ਮਾਂ ਨੂੰ ਵੇਖਦਾ, ਕੋਈ ਬਾਪ ਨੂੰ, ਕੋਈ ਭੈਣਾਂ ਭਾਈਆਂ ਨੂੰ ਵੇਖਦਾ ਹੈ, ਤੇ ਮੈਂ ਅਰਜ਼ ਕੀਤੀ ਸੀ ਯਾ ਅੱਲਾਹ ਕੋਈ ਮੇਰੀ ਅੱਖ ਖੁੱਲੇ ਤੇ ਰੁੱਖ ਮੁਸਤਫਾ ਦਾ ਹੋਵੇ। ਤੇ ਹਜ਼ੂਰ ਨੇ ਫਰਮਾਇਆ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਆ ਗਿਆ? ਤੇ ਅੱਗੋਂ ਹੱਸ ਕੇ ਕਹਿਣ ਲੱਗੇ, ਸੋਹਣਿਆ ਜਦੋਂ ਕਿਸੇ ਮਾਹੀ ਦੀ ਸਿੱਖ ਹੋਵੇ ਨਾ, ਜਦੋਂ ਤਾਂਗ ਹੋਵੇ ਨਾ ਮਹਬੂਬਾਂ ਦੀ, ਜਦੋਂ ਉਡੀਕ ਹੋਵੇ, ਜਦੋਂ ਸਦਰ ਹੋਵੇ ਸਜਣਾ ਦੀ, ਤੇ ਫਿਰ ਦਰਵਾਜ਼ਾ ਹਵਾ ਨਾਲ ਵੀ ਖੜਕੇ ਤੇ ਇੰਝ ਹੀ ਲੱਗਦਾ ਜਿਵੇਂ ਯਾਰ ਹੀ ਆਇਆ ਹੈ। ਅਰਜ਼ ਕੀਤੀ ਸੋਹਣਿਆ ਮੈਂ ਸਾਂਸ ਤੇ ਸਾਂਸ ਵਿੱਚ ਹਵਾ ਤੇ ਹਵਾ 'ਚ ਨਬੂਵਤ ਦੀ ਖੁਸ਼ਬੂ ਗਈ ਨਾ, ਤੇ ਅੰਦਰੋਂ ਹੋ ਕੁੱਠੀ ਅਲੀ ਅੱਖਾਂ ਖੋਲ ਜੀ ਦੀਆਂ ਉਡੀਕਾਂ ਕਰਦਾ ਸਾਂ, ਵਾਹੀ ਆ ਗਿਆ ਏ। ਅਲੀ ਉਲ ਮੁਰਤਦਾ ਨੇ ਰੁਖੇ ਮੁਸਤਫਾ ਵੇਖਿਆ ਤੇ ਤਿਲਾਵਤ ਕੀਤੀ, ਵੇਖੀ ਜਾਏ ਵੇਖੀ ਜਾ ਰਹੇ। ਅੱਛਾ ਜੀ, ਹਫਜ਼ ਜੀ ਕਹਿੰਦੇ ਨੇ ਕਿ ਉਹ ਪੜ੍ਹ ਦਿਓ, ਤੇ ਤੁਹਾਡੀ ਸਲਾਹ ਹੈ ਵੀ ਜੇ ਤੇ ਮੈਂ ਪੜ੍ਹ ਦੇਵਾਂ? ਨਹੀਂ, ਬੰਦੇ ਥੋੜ੍ਹੇ ਬੋਲੇ ਨੇ, ਵੋਟ ਕੱਟ ਗਏ ਨੇ ਜੀ ਤੁਹਾਡੇ, ਲਿਹਾਜ਼ਾ ਫਿਰ ਅਗਲੀ ਵਾਰੀ ਪੜ੍ਹ ਦੇਵਾਂ। ਸਾਰੇ ਬੋਲੋ, ਸਾਰੇ 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 ਬੋਲੋ ਬਾਈ। ਆਮੀਨ ਆਮੀਨ ਆਮੀਨ। ਹੁਣ ਮੌਲਾ ਅਲੀ ਵੇਖ ਰਹੇ ਤੇ ਕਿਵੇਂ ਵੇਖ ਰਹੇ ਤੇ ਕਿਉਂ ਵੇਖ ਰਹੇ? ਇਹਦਾ ਤਰਜਮਾ ਪੀਰੇ ਬਾਹੂ ਦੀ ਜ਼ੁਬਾਨ ਚਰਜ ਕਰਾਂ। ਅੱਜ ਜ਼ੁਕਾਮ ਬੜਾ ਹੈ, ਬੁਖਾਰ ਵੀ ਹੈ, ਰਾਤ ਦਾ ਨਾ ਮੌਸਮੀ ਬੁਖਾਰ ਸ਼ਿੱਦਤ ਦਾ ਹੁੰਦਾ ਹੈ, ਹਰ ਸਾਲ ਕੋਈ 6 ਮਹੀਨੇ ਬਾਅਦ ਮੈਨੂੰ ਹੁੰਦਾ ਹੈ, ਉਹ ਸਾਰਿਆਂ ਨੂੰ ਹੀ ਹੁੰਦਾ ਹੈ, ਅਤੇ ਮੈਨੂੰ ਵੀ ਜ਼ਰਾ ਹੋਇਆ, ਮਗਰ ਮੈਂ ਅੱਜ ਇਹਨਾਂ ਨੂੰ ਆਖਿਆ ਸੀ ਮੈਂ ਕੋਸ਼ਿਸ਼ ਕਰਾਂਗਾ ਬਾਈ ਤੁਹਾਡੇ ਜ਼ੌਕ ਦੀ ਹੀ ਗੁਫਤਗੂ ਕਰਕੇ ਜਾਵਾਂ। ਮੈਂ ਵੈਸੇ ਵੀ ਆਪਣੇ 23 ਸਾਲਾਂ ਦੌਰੇ ਖਿਤਾਬਾਂ 'ਚ ਵੇਖਿਆ, ਮੈਂ ਜਦੋਂ ਬਿਮਾਰ ਹੋਵਾਂ ਤਕਰੀਰ ਕਰਾਂ ਠੀਕ ਹੋ ਜਾਂਦਾ, ਮੇਰੀ ਦਵਾਈ ਜ਼ਿਕਰੇ ਰਸੂਲ ਹੈ।
ਮੌਲਾ ਅਲੀ ਵੇਖਦੇ ਨਾਲੇ ਕਹਿੰਦੇ ਨੇ ਇਹ ਤਨ ਮੇਰਾ ਚਸ਼ਮਾ ਹੋਵੇ ਤੇ ਮੈਂ ਮੁਰਸ਼ਿਦ ਵੇਖਣਾ ਰਚਾ ਮੁਰਸ਼ਿਦ ਦਾ ਦੀਦਾ ਮੈਨੂੰ ਲੱਖ ਕਰੋੜਾਂ ਜਾ ਇਹ ਤਨ ਮੇਰਾ 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 ਇਹ ਤਨ ਮੇਰਾ ਚਸ਼ਮ ਮੁੰਡੇ ਲੱਖ ਲੱਖ ਚਸ਼ਮਾ ਇੱਕ ਖੋਲਾ ਇੱਕ ਕਜਾ ਇੱਕ ਨਾ ਦਿੱਤਿਆ ਮੈਨੂੰ ਸਬਰ ਨਵੇ ਮੁਰਸ਼ਿਦ ਦਾ ਇਹ ਦੀਦਾਰ ਮੇਰਾ ਕਾਮਿਲ ਬਾਹੋ ਮੈਨੂੰ ਲੱਖ ਕਰੋੜਾਂ ਜਾ ਆਮੀਨ 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 ਮੁਰਸ਼ਿਦ ਦਾ ਦੀਦਾਰ ਵੇ ਪਾਹੂ ਮੈਨੂੰ ਲੱਖ ਕਰੋੜਾਂ ਹੱਜਾਂ ਹੋ ਠੱਠਾ ਲਾਵਾ ਵਾਲਿਓ ਇਹ ਹੁਣ ਉਮਰੇ ਦਾ ਟਿਕਟ ਨਿਕਲਣਾ ਨਾ ਤੇ ਲੱਖਾਂ ਰੁਪਏ ਲੱਗ ਜਾਣੇ ਨੇ ਕਿਉਂ ਕਾਬਾ ਵੇਖਣ ਜਾਣਾ ਅੱਲਾ ਸਾਰਿਆਂ ਦੇ ਨਸੀਬ ਚ ਕਰੇ ਤੇ ਬਾਰ ਬਾਰ ਕਰੇ ਅਸੀਂ ਲੱਖਾਂ ਰੁਪਇਆ ਲਗਾ ਕੇ ਕਾਬਾ ਵੇਖਣ ਜਾਂਦੇ ਹਾਂ ਉਸ ਅਲੀ ਦੇ ਜ਼ੋਕੇ ਇਬਾਦਤ ਤੋਂ ਹਾਫਿਜ਼ ਜੀ ਸਦਕੇ ਨਾ ਜਾਈਏ ਉਹ ਪੈਦਾ ਕਾਬੇ ਦੇ ਵਿੱਚ ਹੋਇਆ ਤੇ ਕਾਬੇ ਨੂੰ ਵੇਖਿਆ ਹੀ ਨਹੀਂ ਤੇ ਆਖਿਆ ਤੈਨੂੰ ਨੀਚੇ ਨਹੀਂ ਰੱਖਿਆ ਜੀ ਇੱਕ ਹੀ ਕੁਰਾਨ ਉਹ ਤੁਹਾਡਾ ਖੁਦਾ ਭਲਾ ਕਰੇ ਜੰਨਤੀ ਵਾਹ ਸ਼ਾਬਾਸ਼ ਬੇਟਾ ਬੈਠ ਜਾਓ ਸ਼ਾਬਾਸ਼ ਨੌਜਵਾਨੋ ਅਲੀ ਦੀ ਅਜ਼ਮਤ ਤੋਂ ਸਦਕੇ ਜਾਵਾਂ ਤੇ ਜ਼ੋਕ ਇਬਾਦਤ ਤੋਂ ਸਦਕੇ ਜਾਵਾਂ ਜਿਹੜਾ ਪੈਦਾ ਕਾਬੇ ਚ ਹੋਇਆ ਤੇ ਕਾਬੇ ਨੂੰ ਨਹੀਂ ਵੇਖਿਆ ਆਖਿਆ ਤੈਨੂੰ ਬਾਅਦ ਚ ਪਿਆ ਵੇਖਾਂਗਾ ਪਹਿਲੇ ਤੇਰਾ ਕਾਬਾ ਵੇਖਾਂਗਾ
ਬਾਬਾ ਬੁੱਲੇ ਸ਼ਾਹ ਨੇ ਦੱਤਾ ਜਮਾ ਜਾ ਫਰਮਾਇਆ, ਫਰਮਾਉਂਦੇ ਨੇ ਪਹਿਲੀ ਪੌੜੀ ਇਸ਼ਕ ਤੇਰੇ ਦੀ ਪੁੱਲ ਸਿਰਾਂ ਤੇ ਡੇਰਾ ਲੋਕੀ ਹੱਜ ਮੱਕੇ ਨੂੰ ਜਾਂਦੇ ਤੇ ਮੈਂ ਮੁਖ ਵੇਖਾਂ ਤੇਰਾ। ਅਲੀ ਕਹਿੰਦੇ ਹੋਣਗੇ ਲੋਕੀ ਹੱਜ ਮੱਕੇ ਨੂੰ ਜਾਂਦੇ ਸੋਹਣਿਆ ਮੈਂ ਮੁਖ ਵੇਖਾਂ ਤੇਰਾ। ਥੱਕੇ ਤੇ ਨਹੀਂ ਬਾਈ, ਹੱਥ ਖੜੇ ਖੜੋ ਸਾਰੇ ਜਿਹੜੇ ਜਿਹੜੇ ਥੱਕ ਗਏ। ਸੁਭਾਨ ਅੱਲਾਹ, ਸੁਭਾਨ ਅੱਲਾਹ। ਚਲੋ ਹੁਣ ਹੱਥ ਚੁੱਕ ਕੇ ਬੋਲੋ, ਮੈਂ ਕੁਝ ਨਹੀਂ ਕਹਿੰਦਾ। ਤੁਸੀਂ ਆਉਂਦੇ ਮੌਲਵੀ ਸਾਹਿਬ ਨੂੰ ਚੈੱਕ ਕਰਨ, ਵੇਖੀ ਅੱਜ ਕਿਹੜਾ ਮੌਲਵੀ ਬਹੁਤਾ ਜ਼ੋਰ ਲਗਾਉਂਦਾ ਹੈ। ਕਦੇ ਕਦੇ ਮੌਲਵੀ ਸਾਹਿਬ ਵੀ ਚੈੱਕ ਕਰ ਲੈਂਦਾ। ਉੱਚਾ ਬੋਲੋ ਸੁਭਾਨ ਅੱਲਾਹ। ਕਾਹਨਿਆਂ ਦੇ ਵਾਲੀ ਨੇ ਫਰਮਾ, ਚਾਚੀ ਜੀ ਬੱਚਾ ਦੁਨੀਆ ਤੇ ਆਇਆ ਤੇ ਕੋਈ ਗੁੜਤੀ ਦਿੱਤੀ ਕਿ ਨਹੀਂ? ਚਾਚੀ ਅੱਗੋਂ ਫਰਮਾਨ ਲੱਗੀ, ਵੇ ਸੋਹਣਿਆ ਤੇਰੇ ਬਾਜੂ ਕੌਣ ਦੇਵੇ? ਅਲਾਮਾ ਸੁਫਿਆਨ ਆਸੀ ਸਾਹਿਬ, ਬਾਈ ਉਮੈਰ ਸਾਹਿਬ, ਬਾਈ ਫਿਆਜ਼ ਸਾਹਿਬ, ਹਾਜੀ ਸਾਹਿਬ, ਦੀਗਰ ਅੰਜਮਨ ਗੁਲਾਮਾਂ ਨੇ ਮੁਸਤਫਾ ਵਾਲਿਓ, ਅੰਮੀ ਨੇ ਆਖਿਆ ਸੋਹਣਿਆ ਤੇਰੇ ਬਾਜੂ ਗੁੜਤੀ ਕੌਣ ਦੇਵੇ? ਇਹ ਚਾਚੀ ਨੇ ਕਿਉਂ ਜਵਾਬ ਦਿੱਤਾ? ਇਹਦੇ ਪਿੱਛੇ ਇੱਕ ਤਾਰੀਖ ਹੈ। ਕਾਹਨਿਆਂ ਦੇ ਵਾਲੀ ਜਦੋਂ ਦੁਨੀਆਂ ਤੇ ਆਏ ਤੇ ਬਾਪ ਦਾ ਸਾਇਆ ਕੋਈ ਨਹੀਂ। 6 ਸਾਲ ਉਮਰ ਹੋਈ ਤੇ ਮਾਂ ਚਲੀ ਗਈ, 8 ਸਾਲ ਉਮਰ ਹੋਈ ਤੇ ਦਾਦਾ ਚਲੇ ਗਏ। ਹੁਣ ਨਾ ਮਾਂ, ਨਾ ਬਾਪ, ਨਾ ਦਾਦਾ, ਨਾ ਦਾਦੀ, ਸਾਰੇ ਤਾਏ ਚਾਚੇ ਫੁੱਫੀਆਂ ਇਕੱਠੇ ਬੈਠ ਗਏ ਕਿ ਮੁਹੰਮਦ ਨੂੰ ਕੌਣ ਪਾਲੇਗਾ, ਮੁਹੰਮਦ ਨੂੰ ਕੌਣ ਪਾਲੇਗਾ। ਸਭ ਤੋਂ ਪਹਿਲੇ ਜਿਹੜੀ ਸ਼ਖਸੀਅਤ ਉੱਠ ਕੇ ਖੜੀ ਹੋਈ ਨਾ, ਉਹ ਹਜ਼ਰਤ ਸੈਯਦੁਲ ਸ਼ਹਾਦਾ ਅਮੀਰ ਹਮਜ਼ਾ ਸਰਕਾਰ ਮੇਰੇ ਨਬੀ ਦੇ ਚਾਚਾ ਜਾਨ ਰਜ਼ੀ ਅੱਲਾਹੁ ਤਾਲਾ ਉੱਠ ਕੇ ਖੜੇ ਹੋ ਗਏ। ਫਰਮਾਇਆ ਮੇਰਾ ਸਭ ਤੋਂ ਬਹੁਤਾ ਲਾਡਲਾ ਪਹਿਲੇ ਮੈਂ ਪਾਲਾਂਗਾ। ਹਜ਼ੂਰ ਦੇ ਚਾਚਾ ਹਜ਼ਰਤ ਅੱਬਾਸ ਉੱਠ ਕੇ ਖਲੋਗੇ, ਫਰਮਾਇਆ ਨਾ ਨਾ ਮੈਂ ਪਾਲਾਂਗਾ। ਹਜ਼ਰਤ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਤਾਇਆ ਹਾਰਿਸ ਉੱਠ ਕੇ ਖੜੇ ਹੋ ਗਏ, ਫਰਮਾਇਆ ਨਹੀਂ ਮੈਂ ਪਾਲਾਂਗਾ। ਮੇਰੇ ਨਬੀ ਕਰੀਮ ਦੇ ਚਾਚਾ ਉਹ ਜਿਹੜਾ ਹੈ ਤੇ ਚਾਚਾ ਪਰ ਉਹ ਨਬੀ ਦਾ ਦੁਸ਼ਮਣ ਅਬੂ ਲਾਹਬ ਉੱਠ ਕੇ ਖਲੋ ਗਿਆ, ਕਹਿਣ ਲੱਗਾ ਨਹੀਂ ਜੀ ਮੈਂ ਪਾਲਾਂਗਾ, ਮੈਂ ਵੀ ਚਾਚਾ ਵਾਂ। ਹਜ਼ੂਰ ਅਲੈਹਿ ਸਲਾਤੁ ਵਸਲਾਮ ਦੀ ਫੁੱਫੋ ਹਜ਼ਰਤ ਸਫੀਆ ਉੱਠ ਕੇ ਖਲੋ ਗਈਆਂ, ਫਰਮਾ ਲੱਗੀਆਂ ਨਹੀਂ ਮੈਂ ਬਚਪਨ ਤੋਂ ਪਾਲਿਆ, ਮੇਰਾ ਲਾਡਲਾ ਮੈਂ ਪਾਲਾਂਗੀ। ਹਜ਼ੂਰ ਦੀ ਫੁੱਫੋ ਆਤਿਕਾ ਉੱਠ ਕੇ ਖਲੋ ਗਈਆਂ, ਫਰਮਾ ਲੱਗੀਆਂ ਨਹੀਂ ਮੇਰਾ ਬੜਾ ਲਾਡਲਾ ਮੈਂ ਪਾਲਾਂਗੀ। ਸਾਰੇ ਕਹਿੰਦੇ ਮੈਂ ਪਾਲਾਂਗਾ, ਮੈਂ ਪਾਲਾਂਗਾ, ਮੈਂ ਪਾਲਾਂਗਾ। ਕਿਉਂ? ਸੋਹਣਾ ਹੀ ਬੜਾ ਸੀ। ਹੁਣ ਸਾਰੇ ਇਹ ਖਿਆਲ ਕੀਤਾ ਨਹੀਂ ਇੰਜ ਨਹੀਂ, ਜਿਹਨੂੰ ਕਮਲੀ ਵਾਲੇ ਪਸੰਦ ਕਰਨ ਉਹ ਪਾਲੇਗਾ। ਹੁਣ ਸਾਰੇ ਹਜ਼ੂਰ ਵੱਲ ਵੇਖਣ ਲੱਗ ਪਏ, ਵੇਖੋ ਹਜ਼ੂਰ ਕਿਹਨੂੰ ਕਬੂਲ ਫਰਮਾਉਂਦੇ ਨੇ। ਨਬੀ ਪਾਕ ਉੱਠੇ, ਖਰਾਮਾ ਟੁਰੇ ਟੁਰੇ ਜਾ ਕੇ ਨਾ ਮੌਲਾ ਅਲੀ ਦੇ ਅੱਬਾ ਜਾਨ ਹਜ਼ਰਤ ਅਬੂ ਤਾਲਿਬ ਦੀ ਜਾ ਕੇ ਗੋਦ ਵਿੱਚ ਬੈਠ ਗਏ। ਹੁਣ ਇਹ ਮੌਲਾ ਅਲੀ ਦੇ ਅੱਬਾ ਜਾਨ ਹਜ਼ਰਤ ਅਬੂ ਤਾਲਿਬ ਉਠਾ ਕੇ ਮੌਲਾ ਅਲੀ ਨੂੰ ਘਰ ਲੈ ਆਏ, ਇਸੇ ਚਾਚੀ ਦੀ ਲਿਆ ਕੇ ਗੋਦੀ 'ਚ ਰੱਖ ਦਿੱਤਾ। ਹੁਣ ਚਾਚੀ ਕਹਿੰਦੀ ਹੈ ਮੈਂ ਹੈਰਾਨ ਅਤੇ ਪਰੇਸ਼ਾਨ ਹੋ ਗਈ ਕਿ ਅੱਗੇ ਬੱਚੇ ਤੇ ਆਪਣੇ ਬੜੇ ਨੇ ਅਤੇ ਘਰ ਵਿੱਚ ਖਾਣਾ ਇੱਕ ਫਰਦ ਦਾ ਹੁੰਦਾ ਹੈ ਅਤੇ ਅਸੀਂ ਖਾਣਾ ਰੱਖ ਕੇ ਅਤੇ ਮੀਆਂ ਬੀਵੀ ਅਤੇ ਬੱਚੇ ਬੈਠ ਕੇ ਖਾਂਦੇ ਹਾਂ, ਕਿਸੇ ਨੂੰ ਇੱਕ ਲੁਕਮਾ ਮਿਲਦਾ, ਕਿਸੇ ਨੂੰ ਦੋ ਅਤੇ ਕਿਸੇ ਨੂੰ ਤਿੰਨ, ਅਤੇ ਪੇਟ ਕਿਸੇ ਦਾ ਵੀ ਨਹੀਂ ਭਰਦਾ ਅਤੇ ਕਮਲੀ ਵਾਲੇ ਵੀ ਆ ਗਏ। ਆਹ ਫਰਮਾਦੇ ਜਦੋਂ ਪਹਿਲੇ ਦਿਨ ਖਾਣਾ ਰੱਖ ਕੇ ਬੈਠੇ ਨਾ ਇੱਕ ਫਰਦ ਦਾ ਖਾਣਾ ਅਤੇ ਸਾਰੇ ਪੇਟ ਭਰ ਕੇ ਖਾ ਕੇ ਟੁਰ ਗਏ ਅਤੇ ਮੈਂ ਵੇਖਿਆ ਅਤੇ ਅਜੇ ਰੋਟੀਆਂ ਵੀ ਹੋਵੇ ਅਤੇ ਬੋਟੀਆਂ ਵੀ ਹੋਵੇ। ਚਾਚੀ ਨੇ ਵੇਖੀਆਂ ਸਨ ਨਬੀ ਦੀਆਂ ਬਰਕਤਾਂ। ਚਾਚੀ ਨੂੰ ਉਹ ਵੀ ਜ਼ਮਾਨੇ ਯਾਦ ਸਨ ਜਦੋਂ ਹਜ਼ੂਰ ਦੇ ਬਚਪਨ ਚ ਮੱਕੇ ਬਾਰਿਸ਼ ਨਹੀਂ ਹੁੰਦੀ,
ਤੇ ਲੋਕ ਹਜ਼ਰਤ ਅਬੂ ਤਾਲਿਬ ਦਾ ਦਰਵਾਜ਼ਾ ਖੜਕਾ ਕੇ ਕਹਿੰਦੇ ਨੇ, ਅਬੂ ਤਾਲਿਬ ਆਪਣੇ ਭਤੀਜੇ ਮੁਹੰਮਦ ਨੂੰ ਕਹਿ ਬਾਰਿਸ਼ ਦੀ ਦੁਆ ਕਰ ਦੇਵੇ। ਤੇ ਹਜ਼ਰਤ ਅਬੂ ਤਾਲਿਬ ਹਜ਼ੂਰ ਨੂੰ ਲੈ ਕੇ ਕਾਬੇ 'ਚ ਆ ਜਾਂਦੇ ਨੇ। ਨਬੀ ਪਾਕ ਦੀ ਕੰਡ ਮੁਬਾਰਕ ਤੋਂ ਕੱਪੜਾ ਹਟਾ ਕੇ ਨਾ, ਤੇ ਕੰਡ ਕਾਬੇ ਦੀ ਦੀਵਾਰ ਨਾਲ ਲਗਾ ਕੇ ਕਹਿੰਦੇ ਨੇ, ਕਾਬੇ ਵਾਲਿਆ ਤੈਨੂੰ ਇਹ ਗੋਰੇ ਰੰਗ ਵਾਲੇ ਦਾ ਵਾਸਤੇ ਹੀ ਬਾਰਿਸ਼ ਨਾਜ਼ਲ ਫਰਮਾ ਦੇ। ਤੇ ਛਮ ਛਮ ਬਾਰਿਸ਼ ਆ ਜਾਂਦੀ ਹੈ। ਚਾਚੀ ਨੇ ਉਹ ਬਰਕਤਾਂ ਵੇਖੀਆਂ ਸਨ ਮੁਸਤਫਾ ਦੀਆਂ, ਤਾਂ ਚਾਚੀ ਨੇ ਆਖਿਆ ਵੇ ਸੋਹਣਿਆ ਤੇਰੇ ਬਾਜੂ ਗੁੜਤੀ ਕੌਣ ਦੇਵੇ। ਇਹ ਬੱਚਾ ਪੈਦਾ ਹੋਵੇ ਨਾ ਤੇ ਸਾਡਾ ਦਿਲ ਕਰਦਾ ਇਹਨੂੰ ਕੋਈ ਅੱਲਾ ਦਾ ਵਲੀ ਗੁੜਤੀ ਦੇਵੇ, ਹੈ ਨਾ, ਇਹਨੂੰ ਕੋਈ ਆਲਮੇ ਦੀਨ ਗੁੜਤੀ ਦੇਵੇ। ਇਹ ਰੋਜ਼ਾਨਾ ਲੋਕ ਮੇਰੇ ਕੋਲ ਆਉਂਦੇ ਕਹਿੰਦੇ ਨੇ, ਆਸੀ ਸਾਹਿਬ ਆਹ ਜਿਹੜਾ ਤੁਸੀਂ ਤਕਰੀਰ ਦੇ ਵਿੱਚ ਸ਼ਹਿਦ ਲੈਂਦੇ ਹੋ ਨਾ ਸ਼ਹਿਦ, ਇਹ ਦੇ ਦਿਓ। ਮੈਂ ਪੁੱਛਣਾ ਜੀ ਕਿਉਂ? ਉਹ ਕਹਿੰਦੇ ਨੇ ਜੀ ਬੱਚਾ ਪੈਦਾ ਹੋਇਆ ਜਾਂ ਬੱਚਾ ਪੈਦਾ ਹੋਣ ਵਾਲਾ ਤੇ ਉਹਨੂੰ ਗੁੜਤੀ ਦੇਣੀ ਹੈ, ਸਾਡਾ ਦਿਲ ਕਰਦਾ ਤੁਹਾਡੇ ਵਾਲਾ ਸ਼ਹਿਦ ਖਾ ਕੇ ਸਾਡਾ ਬੱਚਾ ਆਸੀ ਸਾਹਿਬ ਵਰਗਾ ਬਣੇ, ਹੈ ਨਾ। ਅੱਲਾ ਕਰੇ, ਅੱਲਾ ਕਰੇ, ਅੱਲਾ ਨੇਕ ਤੇ ਸਾਲੇ ਆਲਮੇ ਬਾਮਲ ਬਣਾਏ ਬੱਚਿਆਂ ਨੂੰ, ਕਿਉਂਕਿ ਬੱਚੇ ਦਾ ਗੁੜਤੀ ਦਾ ਮਾਂ ਦਾ ਖਿਆਲ ਹੁੰਦਾ, ਬੱਚਾ ਗੁੜਤੀ ਤੇ ਜਾਂਦਾ। ਅਸੀਂ ਜਾਂ ਸ਼ਹਿਦ ਦੀ ਗੁੜਤੀ ਜਾਂ ਖਜੂਰ ਦੀ ਗੁੜਤੀ ਦਿੰਦੇ ਹਾਂ, ਮਿੱਠੀ ਗੁੜਤੀ। ਕਦੇ ਗੌਰ ਕੀਤਾ ਜੇ ਮੌਲਾ ਅਲੀ ਆਏ ਨਾ ਤੇ ਮੇਰੇ ਨਬੀ ਨੇ ਹੁਣ ਸ਼ਹਿਦ ਦੀ ਗੁੜਤੀ ਨਹੀਂ ਦਿੱਤੀ, ਕੀ ਕੀਤਾ? ਆਪਣੀ ਜ਼ੁਬਾਨ ਯੂਹਾ ਅਲੀ ਦੇ ਮੂੰਹ 'ਚ ਰੱਖ ਦਿੱਤੀ ਤੇ ਮੌਲਾ ਅਲੀ ਮੁਸਤਫਾ ਦੀ ਜ਼ੁਬਾਨ ਦੇ ਚੁਕਸੇ ਲੈਣ ਲੱਗ ਪਏ। ਤੇ ਸ਼ੇਰ ਖੁਦਾ ਫਰਮਾਉਂਦੇ ਨੇ, ਸਿਰਫ ਇੱਕ ਵਾਰੀ ਨਹੀਂ, ਫਰਮਾਉਂਦੇ ਨੇ ਮੈਂ ਬਚਪਨ 'ਚ ਹਜ਼ੂਰ ਦੇ ਨਾਲ ਸੌਂਦਾ ਸਾਂ, ਮੈਂ ਹਜ਼ੂਰ ਨਾਲ ਲੇਟਣਾ ਤੇ ਬਚਪਨ 'ਚ ਹਜ਼ੂਰ ਨੇ ਸ਼ਾਮ ਵੇਲੇ ਆਪਣੀ ਜ਼ੁਬਾਨ ਮੇਰੇ ਮੂੰਹ 'ਚ ਰੱਖ ਦੇਣੀ, ਮੈਂ ਉਹ ਵਾਲੀਆਂ ਜਿਹੜਾ ਸਾਰੀ ਰਾਤ ਮੁਹੰਮਦ ਦੀ ਜ਼ੁਬਾਨ ਦੇ ਚੂਸੇ ਲੈਂਦਾ ਰਿਹਾ ਹੈ। ਹੁਣ ਅਲੀ ਜ਼ੁਬਾਨ ਚੂਸੀ ਜਾ ਰਹੇ, ਚੂਸੀ ਜਾ ਰਹੇ ਤੇ ਚੂਸੀ ਜਾ ਰਹੇ। ਪੰਜਾਬ ਵਿੱਚ ਬੱਚਾ ਪੈਦਾ ਹੋਵੇ ਨਾ ਠੱਠਾ ਲਾਵੇ, ਸ਼ਰਕਪੁਰ, ਸਿਆਲਕੋਟ, ਫੈਸਲਾਬਾਦ, ਸ਼ੇਖੂਪੁਰਾ, ਤੇ ਅੱਬੂ ਦਾ ਦਿਲ ਕਰਦਾ ਇਹਨੂੰ ਦਾਦਾ ਗੁੜਤੀ ਦੇਵੇ ਜਾਂ ਚਾਚੂ ਗੁੜਤੀ ਦੇਵੇ, ਤੇ ਅੰਮੀ ਦਾ ਦਿਲ ਕਰਦਾ ਜਾਂ ਨਾਨਾ ਗੁੜਤੀ ਦੇਵੇ ਤੇ ਜਾਂ ਮਾਮੂ ਗੁੜਤੀ ਦੇਵੇ, ਤੇ ਚੱਲਦੀ ਕਿਹਦੀ ਹੈ ਉਹ ਤੁਹਾਨੂੰ ਪਤਾ ਹੀ ਹੈ। ਬੋਲੋ ਭਾਵੇਂ ਨਾ ਬੋਲੋ, ਪਤਾ ਸਾਰਿਆਂ ਨੂੰ। ਤੇ ਜੇ ਚਾਚਾ ਭੁਲੇਖੇ ਨਾਲ ਗੁੜਤੀ ਦੇ ਹੀ ਲਵੇ, ਭੁਲੇਖੇ ਨਾਲ ਹੀ, ਤੇ ਬੱਚਾ ਵੱਡਾ ਹੋ ਕੇ ਸ਼ਰਾਰਤ ਕਰੇ ਤੇ ਮਾਂ ਬੀਬੀਆਂ 'ਚ ਬਹਿ ਕੇ ਪਤਾ ਕੀ ਕਹਿੰਦੀ, ਵੇਖਿਆ ਨਾ ਉਤਰਾ ਚਾਚੇ ਤੇ ਗਿਆ, ਤੇ ਗੁੜਤੀ ਮਾਮੂ ਦਿੱਤੀ ਹੋਵੇ ਤੇ ਬੱਚਾ ਸ਼ਰਾਰਤ ਵੀ ਕਰ ਲਵੇ ਤੇ ਮਾਂ ਬੀਬੀਆਂ 'ਚ ਬਹਿ ਕੇ ਬੜੀ ਖੁਸ਼ ਹੋ ਕੇ ਕਹਿੰਦੀ ਮਾਸ਼ਾਅੱਲਾ ਮਾਮੂ ਤੇ ਗਿਆ। ਯਾਨੀ ਪੰਜਾਬ ਦੀ ਮਾਂ ਨੂੰ ਪਤਾ ਬੱਚਾ ਗੁੜਤੀ ਤੇ ਜਾਂਦਾ ਹੈ। ਠੱਠਾ ਲਾਵਾ ਵਾਲੇ ਮੈਨੂੰ ਸੱਚੀ ਦੱਸਿਓ, ਉਹ ਜਿਹਨਾਂ ਗੁੜਤੀ 'ਚ ਮੁਹੰਮਦ ਦੀ ਜ਼ੁਬਾਨ ਦੇ ਚੂਸੇ ਲਏ ਸਨ, ਉਹਨਾਂ ਮੁਹੰਮਦ ਤੇ ਨਹੀਂ ਸੀ ਜਾਣਾ ਤੇ ਹੋਰ ਕਿਤੇ ਤੇ ਜਾਣਾ ਸੀ? ਫਿਰ ਉਹਨਾਂ ਵੀ ਤਾਂ ਮੁਹੰਮਦ ਤੇ ਜਾਣਾ ਸੀ ਨਾ, ਉਹ ਜਿਹਨਾਂ ਨੇ ਗੁੜਤੀ 'ਚ ਮੁਹੰਮਦ ਦੀ ਜ਼ੁਬਾਨ ਦੇ ਚੂਸੇ ਲਏ ਹੋਣ, ਉਹਨਾਂ ਫਿਰ ਮੁਹੰਮਦ ਤੇ ਜਾਣਾ ਸੀ ਨਾ। ਉਹਨਾਂ ਦੀ ਹਰ ਅਦਾ ਹੀ ਨਬੀ ਵਰਗੀ, ਹਰ ਅਦਾ ਹੀ ਨਬੀ ਵਰਗੀ। ਮੇਰੀ ਮਿਲਤ ਦੇ ਨੌਜਵਾਨੋ, ਆਓ ਮੈਂ ਤੁਹਾਨੂੰ ਅਲੀ ਦੀ ਗੁੜਤੀ ਸੁਣਾਵਾਂ। ਨਹੀਂ ਸੁਭਾਨ ਅੱਲਾ ਬਣਦੀ, ਨਾਲ ਦੇ ਬੰਦੇ ਨਾਲ ਮਸ਼ਵਰਾ ਕਰ ਲਓ, ਜੇ ਬਣਦੀ ਹੈ ਤੇ ਰੋਂਦ ਨਾ ਮਾਰੋ ਤੇ ਉੱਚਾ ਬੋਲੋ ਸੁਭਾਨ ਅੱਲਾ। ਖਤੀਬ ਦਾ ਕੰਮ ਆਉਂਦਾ, ਖਤੀਬ ਹੋਵੇ, ਅਦੀਬ ਹੋਵੇ, ਮੁਸੰਨਫ ਹੋਵੇ, ਸ਼ਾਇਰ ਹੋਵੇ, ਜਿਹੜਾ ਆਪਣਾ ਮੌਜੂ ਛੋੜ ਦੇਵੇ ਨਾ, ਮੈਂ ਉਹਨੂੰ ਖਤੀਬ ਤੇ ਅਦੀਬ ਤੇ ਸ਼ਾਇਰ ਤੇ ਮੁਸੰਨਫ ਨਹੀਂ ਮੰਨਦਾ। ਯਾਦ ਤੇ ਦੱਸੋ, ਮੇਰਾ ਮੌਜੂ ਵਿਲਾਦਤ ਅਲੀ ਹੈ ਤੇ ਮੈਂ ਕੋਈ ਅਜੇ ਤੇ ਮੈਂ ਵਿਲਾਦਤ ਅਲੀ ਸੁਣਾ ਰਿਹਾ ਨਾ ਤੁਹਾਨੂੰ ਬਾਈ, ਤਾਂ ਮੈਂ ਆਪਣੇ ਮੌਜੂ ਦੇ ਮੁਤਾਬਿਕ ਗੁਫਤਗੂ ਕਰ ਰਿਹਾ, ਫਿਰ ਸੁਭਾਨ ਅੱਲਾ ਤੇ ਬਣਦੀ ਹੈ ਨਾ ਯਾਰ। ਹੋਰ ਉੱਚਾ ਬੋਲੋ ਸੁਭਾਨ ਅੱਲਾ। ਮੇਰੇ ਨਬੀ ਨੇ ਫਰਮਾਇਆ ਵਾ ਇਨ ਮਿਨ ਅਲ ਬਿਆਨ ਲ ਸਿਹਰਾ, ਹਜ਼ੂਰ ਨੇ ਫਰਮਾਇਆ ਕੁਛ ਬਿਆਨ, ਕੁਛ ਤਕਰੀਰਾਂ ਐਸੀਆਂ ਹੁੰਦੀਆਂ ਉਹਨਾਂ 'ਚ ਜਾਦੂ ਹੁੰਦਾ ਹੈ। ਤੇ ਮੈਂ ਸਮਝਣਾ ਜਿਸ ਖਤੀਬ ਦੀ ਤਕਰੀਰ 'ਚ ਜਾਦੂ ਨਾ ਹੋਵੇ ਉਹਨੂੰ ਖਤੀਬ ਕਹਿਲਾਵਣ ਦਾ ਹੱਕ ਹੀ ਨਹੀਂ ਹੁੰਦਾ।
ਕਿਉਂਕਿ ਖਿਤਾਬਤ ਇਹ ਨਬੀਆਂ ਦਾ ਫਨ ਹੈ, ਨਬੀਆਂ ਦਾ ਫਨ ਹੈ ਖਿਤਾਬਤ। ਉਦੋਂ ਇਲਾ ਸਬੀਲ ਰੱਬਿਕਾ ਬਿਲ ਹਿਕਮਤ ਵਲ ਮੌਇਜ਼ਤ ਅਲ ਹਸਨਾ। ਅੱਲਾ ਫਰਮਾਉਂਦਾ ਹੈ ਨਬੀਓ ਐ ਮੇਰੇ ਮਹਬੂਬ ਮੁਕਰਮ, ਲੋਕਾਂ ਨੂੰ ਅੱਲਾਹ ਵੱਲ ਬੁਲਾਓ ਚੰਗੀ ਤਕਰੀਰ ਕਰਕੇ। ਇਹਨੂੰ ਕਹਿੰਦੇ ਨੇ ਵਲ ਮੌਇਜ਼ਤ ਅਲ ਹਸਨਾ। ਗ੍ਰਾਮੀ ਕਦਰ ਹਜ਼ਰਾਤ, ਨਬੀ ਕਰੀਮ ਅਲੈਹਿ ਸਲਾਤ ਵ ਸਲਾਮ ਨੇ ਇੱਕ ਦਿਨ ਖਜੂਰ ਖਾ ਕੇ ਨਾ ਖਜੂਰ ਖਾ ਕੇ ਤੇ ਉਹਦੀ ਗੁੱਠਲੀ ਸੱਟੀ ਗਿਟਕ। ਇੱਕ ਬੱਚਾ ਬੈਠਾ, ਉਹ ਬੱਚੇ ਦੌੜ ਕੇ ਜਾ ਕੇ ਉਹ ਗਿਟਕ ਪਕੜੀ, ਮੂੰਹ ਚ ਡਾਲੀ ਤੇ ਚੂਸ ਰਿਹਾ। ਤੁਸੀਂ ਨਹੀਂ ਬੋਲੇ ਸੁਭਾਨ ਅੱਲਾਹ। ਅਲਾਮਾ ਸੁਫਿਆਨ ਅਸੀਂ ਸਭ ਪਤਾ ਨਹੀਂ ਮਦੀਨੇ ਦੀਆਂ ਮਾਵਾਂ ਬੱਚਿਆਂ ਦੀ ਕਿਵੇਂ ਦੀ ਤਰਬੀਅਤ ਕਰਦੀਆਂ ਸਨ। ਮਦੀਨੇ ਦੀਆਂ ਮਾਵਾਂ ਪਤਾ ਕੀ ਕਰਦੀਆਂ ਸਨ, ਸਵੇਰੇ ਸਵੇਰੇ ਪਾਣੀ ਦੇ ਬਰਤਨ ਭਰ ਕੇ ਤੇ ਬੱਚਿਆਂ ਨੂੰ ਦਿੰਦੀਆਂ। ਸਾਡੇ ਬੱਚੇ ਕੀ ਕਰ ਰਹੇ ਨੇ ਆਹ ਵੇਖੋ, ਉਹ ਮਦੀਨੇ ਦੇ ਬੱਚੇ ਕੀ ਕਰਦੇ ਸਨ ਉਹ ਵੇਖੋ। ਮਾਵਾਂ ਬਰਤਨ ਭਰ ਕੇ ਪਾਣੀ ਦੇ ਸੁਬਹਾ ਸੁਬਹਾ ਬੱਚਿਆਂ ਨੂੰ ਦਿੰਦੀਆਂ ਸਨ ਤੇ ਕਹਿੰਦੀਆਂ ਸਨ ਹਜ਼ੂਰ ਕੋਲ ਲੈ ਜਾਓ, ਨਬੀ ਪਾਕ ਫਜਰ ਦੀ ਨਮਾਜ਼ ਪੜ੍ਹ ਕੇ ਮੁਸੱਲੇ ਤੇ ਬੈਠ ਜਾਣਾ ਤੇ ਬੱਚਿਆਂ ਨੇ ਨਾ ਇਸ ਤਰ੍ਹਾਂ ਕਰਕੇ ਕਿਤਾਰ ਦੇ ਅੰਦਰ ਆਪਣੇ ਆਪਣੇ ਡੋਲ ਰੱਖਦੇ ਨੇ ਬਰਤਨ ਦੇ ਪਾਣੀ ਦੇ। ਨਬੀ ਪਾਕ ਨੇ ਉਹਨਾਂ ਡੋਲ ਪਾਣੀ ਵਿੱਚ ਆਪਣੇ ਹੱਥ ਮੁਬਾਰਕ ਡੁਬੋਦੇ ਨੇ ਤੇ ਬੱਚਿਆਂ ਨੇ ਪਾਣੀ ਲੈ ਜਾਣੇ। ਮਦੀਨੇ ਦੀਆਂ ਮਾਵਾਂ ਸਾਰਾ ਦਿਨ ਬੱਚਿਆਂ ਨੂੰ ਉਹ ਪਾਣੀ ਪਿਲਾਉਂਦੀਆਂ ਸਨ ਜਿਹੜੇ ਪਾਣੀ ਨੂੰ ਮੁਹੰਮਦ ਦੇ ਹੱਥ ਲੱਗੇ ਹੋਣਦੇ ਸਨ। ਕਿਆ ਤਰਬੀਅਤ ਕਰਦੀਆਂ ਸਾਨੂੰ ਮਾਵਾਂ ਬੱਚਿਆਂ ਦੀਆਂ। ਨਬੀ ਪਾਕ ਨੇ ਖਜੂਰ ਖਾ ਕੇ ਗੁੱਠਲੀ ਸੱਟੀ, ਬੱਚੇ ਦੌੜ ਕੇ ਜਾ ਕੇ ਗੁੱਠਲੀ ਪਕੜੀ, ਮੂੰਹ 'ਚ ਡਾਲੀ ਤੇ ਚੂਸ ਰਿਹਾ। ਕਿ ਉਹ ਬੱਚਾ ਜਿਹਦੇ ਬਾਰੇ ਹਜ਼ਰਤ ਇਮਾਮ ਇਬਨ ਹਜ਼ਰ ਅਸਕਲਾਨੀ ਰਹਿਮਤੁੱਲਾਹ ਅਲੈਹ ਫਰਮਾਉਂਦੇ ਨੇ ਨਬੀ ਪਾਕ ਤਹੱਜੁਦ ਦੀ ਨਮਾਜ਼ ਪੜ੍ਹੇ ਤੇ ਬੱਚਾ ਪਿੱਛੇ ਪਿਆ ਵੇਖਦਾ ਸੀ, ਇਹ ਵੀ ਆ ਕੇ ਪਿੱਛੇ ਖਲੋ ਗਿਆ। ਇਹਨੇ ਨਾ ਤੁਸੀਂ ਵੀ ਪਤਾ ਕੀ ਕਰਿਆ ਕਰੋ ਕਿ ਇਹ ਫਰਾਇਜ਼ ਮਸਜਿਦ 'ਚ ਪੜ੍ਹਿਆ ਕਰੋ, ਨਫਲ ਤੇ ਸੁਨਤਾਂ ਘਰ ਪੜ੍ਹਿਆ ਕਰੋ, ਤਾਂ ਕਿ ਬੱਚੇ ਤੁਹਾਨੂੰ ਨਮਾਜ਼ ਪੜ੍ਹਦਾ ਵੇਖਣ, ਫਿਰ ਬੱਚੇ ਵੀ ਨਮਾਜ਼ੀ ਹੋਣ। ਅੱਬੂ ਸਿਗਰਟ ਪੀਵੇਗਾ ਤੇ ਬੱਚਾ ਛੁਪ ਕੇ ਜ਼ਰੂਰ ਪੀਵੇਗਾ, ਅੱਬਾ ਗਾਲੀ ਦੇਵੇਗਾ ਤੇ ਪੁੱਤਰ ਵੀ ਗਾਲੀਆਂ ਦੇਵੇਗਾ, ਅੱਬੂ ਨੇਕ ਹੋਵੇਗਾ ਤੇ ਪੁੱਤਰ ਵੀ ਨੇਕ ਹੋ ਜਾਏਗਾ। ਬੱਚੇ ਉਹ ਨਹੀਂ ਕਰਦੇ ਜੋ ਮਾਂ ਬਾਪ ਕਹਿੰਦੇ ਨੇ, ਬੱਚੇ ਉਹ ਕਰਦੇ ਨੇ ਜੋ ਮਾਂ ਬਾਪ ਕਰਦੇ। ਤੁਸੀਂ ਕਦੇ ਵੇਖਿਆ ਸਾਲ ਡੇਢ ਸਾਲ ਦਾ ਦੋ ਸਾਲ ਦਾ ਬੱਚਾ ਵੀ ਹੋਵੇ ਜਿਹਨੂੰ ਅਜੇ ਪਤਾ ਹੀ ਕੁਛ ਨਹੀਂ, ਤੇ ਅੱਬੂ ਅੰਮੀ ਨਮਾਜ਼ ਪੜ੍ਹਦੇ ਹੋਵਾਂ ਤੇ ਉਹ ਬੱਚਾ ਵੀ ਮੁਸੱਲੇ ਤੇ ਲੇਟਦਾ ਤੇ ਉਹ ਵੀ ਸਜਦੇ ਕਰਦਾ ਹੈ। ਤਾਂ ਚੱਲਿਆ ਬੱਚੇ ਉਹ ਕਰਦੇ ਨੇ ਜੋ ਮਾਂ ਬਾਪ ਕਰਦੇ ਨੇ। ਜੇ ਤੂੰ ਚਾਹੁੰਦਾ ਤੇਰੀ ਔਲਾਦ ਨੇਕ ਹੋ ਜਾਏ ਤੇ ਤੂੰ ਆਪ ਨੇਕ ਹੋ ਜਾ, ਤੂੰ ਨੇਕ ਹੋ ਜਾ, ਤੇਰੀ ਔਲਾਦ ਵੇਖ ਕੇ ਨੇਕ ਹੋ ਜਾ। ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਤਹੱਜੁਦ ਪੜ੍ਹੇ ਤੇ ਬੱਚਾ ਪਿੱਛੇ ਆ ਕੇ ਖਲੋ ਗਿਆ, ਇਹਨੇ ਵੀ ਆ ਕੇ ਨੀਯਤ ਕਰ ਲਈ। ਨਬੀ ਪਾਕ ਨੇ ਪਕੜ ਕੇ ਬਰਾਬਰ ਕੀਤਾ, ਬੱਚਾ ਫਿਰ ਪਿੱਛੇ, ਫਿਰ ਬਰਾਬਰ ਕੀਤਾ, ਫਿਰ ਪਿੱਛੇ, ਫਿਰ ਬਰਾਬਰ ਕੀਤਾ, ਫਿਰ ਪਿੱਛੇ। ਨਮਾਜ਼ ਮੁਕੰਮਲ ਕਰਕੇ ਨਬੀ ਪਾਕ ਬੱਚੇ ਨੂੰ ਫਰਮਾਉਂਦੇ ਨੇ, ਬੇਟਾ ਮੈਂ ਤੈਨੂੰ ਬਰਾਬਰ ਖੜਾ ਕਰਦਾ, ਤੂੰ ਤਾਂ ਹੁੰਦਾ ਕਿਉਂ ਨਹੀਂ ਸਰ? ਉਸ ਬੱਚੇ ਜਿਹੜਾ ਜਵਾਬ ਦਿੱਤਾ ਨਾ, ਉਹ ਅੱਜ ਦੀ ਸਾਰੀ ਮਹਿਫਲ ਦਾ ਨਿਚੋੜ ਜੁਮਲਾ ਹੈ ਤੇ ਮੇਰੇ ਤੇਰੇ ਅਕੀਦੇ ਦੀ ਤਰਜਮਾਨੀ ਹੈ। ਬੱਚੇ ਨੂੰ ਹਜ਼ੂਰ ਨੇ ਫਰਮਾਇਆ, ਬੇਟਾ ਤੂੰ ਮੇਰੇ ਬਰਾਬਰ ਕਿਉਂ ਨਹੀਂ ਸਰ ਖੜਾ ਹੋਇਆ? ਤੇ ਬੱਚਾ ਕਹਿਣ ਲੱਗਾ, ਕਮਲੀ ਵਾਲਿਆ ਮੈਂ ਤੇਰੇ ਬਰਾਬਰ ਕਿਵੇਂ ਖਲੋਵਾਂ? ਅੰਮੀ ਕਹਿੰਦੇ ਨੇ ਸ਼ਬੇ ਮਿਰਾਜ ਨਬੀ ਤੇ ਸਾਰੇ ਹੀ ਆਏ ਸਨ, ਪਰ ਤੁਹਾਡੇ ਬਰਾਬਰ ਕੋਈ ਨਬੀ ਵੀ ਖੜਾ ਨਹੀਂ ਸੀ ਹੋਇਆ। ਐਵੇਂ ਕਲਮਾ ਪੜ੍ਹ ਕੇ ਅੱਡੀਆਂ ਚੁੱਕ ਕੇ ਲੋਕ ਕਹਿੰਦੇ ਨੇ ਮੈਂ ਨਬੀ ਵਰਗਾ ਹੀ ਹਾਂ? ਇੱਥੇ ਤੇ ਪੁੱਛੋ ਉਹਨੂੰ ਜਿਹਨੇ ਵੇਖਿਆ, ਉਹ ਕਹਿੰਦੇ ਨੇ ਚੁੱਪ ਕਰ ਮਿਹਰੇ ਵਾਲੀ, ਇੱਥੇ ਜਾ ਨਹੀਂ ਉਹ ਬੋਲਣ ਦੀ, ਇੱਥੇ ਤੇ ਜਾ ਨਹੀਂ ਬੋਲਣ ਦੀ। ਬਾਦਸ ਖੁਦਾ ਬਜ਼ੁਰਗ ਤੂੰ ਹੀ ਕਿੱਸਾ ਮੁਖਤਸਰ, ਕੌਣ ਹੈ ਜਿਹੜਾ ਮੁਸਤਫਾ ਦੇ ਮੁਕਾਬਲੇ ਕਰੇ? ਬੱਚਾ ਜਿਹਨੇ ਹਜ਼ੂਰ ਦੀ ਖਜੂਰ ਦੀ ਗੁੱਠਲੀ ਚੂਸ ਲਈ। ਇੱਕ ਸਹਾਬੀ ਸਨ ਹਜ਼ਰਤ ਅਬੂ ਮਖਜ਼ੂਰਾ, ਉਹਨਾਂ ਦੇ ਸਿਰ ਦੇ ਵਾਲ ਪੈਰਾਂ ਤੱਕ ਲੰਬੇ ਸਨ। ਕਿਸੇ ਪੁੱਛੇ ਡੇ ਲੰਬੇ ਵਾਲ ਕਿਉਂ ਰੱਖੇ? ਫਰਮਾ ਬਚਪਨ 'ਚ ਪਿਆ ਖੇਡਦਾ ਸਾਂ ਤੇ ਹਜ਼ੂਰ ਗੁਜ਼ਰਦੇ ਆ ਮੇਰੇ ਸਿਰ ਤੇ ਪਿਆਰ ਦਿੱਤਾ, ਮੈਂ ਸਾਰੀ ਜ਼ਿੰਦਗੀ ਵਾਲ ਹੀ ਨਹੀਂ ਕਟਾਏ ਜਿਹਨਾਂ ਨੂੰ ਮੁਹੰਮਦ ਦੇ ਹੱਥ ਲੱਗ ਗਏ ਨੇ।
ਹਸਨ ਮਦੀਨੇ ਦੇ ਬੱਚੇ, ਹਸਨ ਮਦੀਨੇ ਦੇ ਬੱਚੇ ਜਿਹੜੇ ਇੰਜ ਇਸ਼ਕ ਰਸੂਲ ਦੇ ਵਿੱਚ ਪਲੇ, ਉਹਨਾਂ ਦੀਆਂ ਮਾਵਾਂ ਗੁੜਤੀ ਮੁਹੰਮਦ ਦੇ ਇਸ਼ਕ ਦੀ ਦਿੱਤੀ, ਉਹਨਾਂ ਮਾਵਾਂ ਨੇ ਅੱਲੜ ਬੱਲੜ ਬਾਵੇ ਦੀ ਲੋਰੀ ਤੇ ਨਹੀਂ ਸਨ ਪਾਲੇ, ਦਰੂਦ ਦੀਆਂ ਲੋਰੀਆਂ ਦੇ ਕੇ ਪਾਲੇ ਸਨ। ਮੇਰੇ ਨਬੀ ਖਜੂਰ ਖਾ ਕੇ ਗੁਠਲੀ ਸੱਟੀ, ਬੱਚੇ ਦੌੜ ਕੇ ਗੁਠਲੀ ਪਕੜੀ, ਸ਼ਕੀਲਮੀਆਂ ਤੇ ਚੂਸ ਰਿਹਾ, ਮੇਰੇ ਨਬੀ ਨੂੰ ਅਦਾ ਪਸੰਦ ਆ ਗਈ। ਇਹ ਮੇਰੇ ਵੱਲ ਵੇਖ, ਹਜ਼ੂਰ ਨੇ ਬੇੜਾ ਤਸ਼ਬੀਹ ਕਰ ਰਿਹਾ, ਅੱਜ ਹੱਥ ਉਠਾਏ ਤੇ ਹੱਥ ਉਠਾ ਕੇ ਅਰਜ਼ ਕੀਤੀ, ਅੱਲਾਹੁਮਮਾ ਫਤਿਹਹੁ ਫਿਦ-ਦੀਨ, ਅਰਜ਼ ਕੀਤੀ ਯਾ ਅੱਲਾ ਇਸ ਬੱਚੇ ਨੂੰ ਦੀਨ ਦੀ ਫਿਕ, ਦੀਨ ਦੀ ਸਮਝ ਅਤਾ ਫਰਮਾ। ਇਹ ਉਹ ਬੱਚਾ ਹੈ ਜਿਹੜਾ ਵੱਡਾ ਹੋ ਕੇ ਕੁਰਾਨ ਮਜੀਦ ਦਾ ਪਹਿਲਾ ਮੁਫਸਰ ਬਣਿਆ, ਜਿਹੜਾ ਤਰਜਮਾਨੁਲ ਕੁਰਾਨ ਬਣਿਆ, ਜਿਹਨੂੰ ਹਜ਼ਰਤ ਅਬਦੁੱਲਾ ਬਿਨ ਮਸੂਦ ਫਰਮਾਉਂਦੇ ਨੇ ਇਬਨੁਲ ਉਮਾ, ਇਸ ਉਮਾ ਦਾ ਸਭ ਤੋਂ ਬੜਾ ਆਲਿਮ, ਜਿਹਦੇ ਬਾਰੇ ਮੌਲਾ ਅਲੀ ਫਰਮਾਉਂਦੇ ਨੇ ਜਦੋਂ ਕੁਰਾਨ ਦੀ ਤਫਸੀਰ ਕਰਦੇ ਤੇ ਇੰਝ ਲੱਗਦਾ ਜਿਵੇਂ ਬਰੀਕ ਪਰਦੇ ਪਿੱਛੇ ਛੁਪ ਕੇ ਖੁਦਾ ਦੇ ਰਾਜ਼ ਪਿਆ ਵੇਖਦਾ ਹੈ। ਉਹ ਜਿਹਨੂੰ ਹਜ਼ਰਤ ਅਬਦੁੱਲਾ ਬਿਨ ਅਬਾਸ ਰਜ਼ੀ ਅੱਲਾਹੁ ਤਾਲਾ ਅਨਹੁਮਾ ਫਰਮਾਉਂਦੇ ਨੇ, ਠੱਠਾ ਲਾਵਾ ਆਉਣ ਵਾਲੇ ਸੱਚੀ ਦੱਸੋ, ਉਹ ਜਿਹੜਾ ਨਬੀ ਦੀ ਖਜੂਰ ਦੀ ਗਿਟਕ ਚੂਸ ਲਵੇ ਉਹ ਤੇ ਉਮਤ ਦਾ ਸਭ ਤੋਂ ਵੱਡਾ ਆਲਿਮ ਬਣੇ, ਤੇ ਜਿਹੜਾ ਚੂਸਾ ਹੀ ਮੁਹੰਮਦ ਦੀ ਜ਼ੁਬਾਨ। ਫਿਰ ਉਸ ਨਬੀ ਨੇ ਉਸ ਅਲੀ ਦੇ ਬਾਰੇ ਫਰਮਾਇਆ, ਅਨ ਮਦੀਨਤੁਲ ਇਲਮ ਵ ਅਲੀਯੁਮ ਬਾਬੁਹਾ, ਫਰਮਾਇਆ ਮੈਂ ਇਲਮ ਦਾ ਸ਼ਹਿਰਾਂ ਤੇ ਅਲੀ ਉਹਦਾ ਦਰਵਾਜ਼ਾ ਹੈ, ਅਲੀ ਦਰਵਾਜ਼ਾ ਹੈ। ਕਿਉਂ? ਉਹਨੇ ਦੁਬਾਨੇ ਮੁਸਤਫਾ ਦੇ ਚੂਸੇ ਲਏ ਨੇ, ਉਹ ਕਿਵੇਂ ਦਰਵਾਜ਼ਾ ਹੈ? ਆਓ ਆਖਰੀ ਗੱਲ ਸੁਣੋ, ਜੇ ਮੈਂ ਗੱਲ ਮੁਕੰਮਲ ਕਰਾਂ, ਆਖੋਗੇ ਸੁਭਾਨ ਅੱਲਾਹ। ਮੌਲਾ ਅਲੀ ਇੱਕ ਦਿਨ ਕੂਫੇ ਦੀ ਗਲੀ ਦੇ ਅੰਦਰ ਜਾ ਰਹੇ, ਇੱਕ ਬੰਦਾ ਆ ਕੇ ਕਹਿਣ ਲੱਗਾ, ਅਲੀ ਸੁਣਿਆ ਤੈਨੂੰ ਜਿਹੜਾ ਵੀ ਸਵਾਲ ਕਰੀਏ ਬਗੈਰ ਸੋਚਿਆ ਜਵਾਬ ਦੇ ਦੇਣਾ ਹੈ। ਕਹਿਣ ਲੱਗਾ, ਅਲੀ ਸੋਚਦਾ ਕਿਉਂ ਨਹੀਂ? ਮੌਲਾ ਅਲੀ ਨੇ ਫਰਮਾਇਆ, ਦੱਸ ਤੇਰੇ ਹੱਥ ਦੀਆਂ ਉਂਗਲੀਆਂ ਕਿਤਨੀਆਂ ਨੇ? ਉਹਨੇ ਆਖਿਆ, 5 ਉਂਗਲੀਆਂ ਨੇ। ਮੌਲਾ ਅਲੀ ਨੇ ਫਰਮਾਇਆ, ਤੂੰ ਕਿਉਂ ਨਹੀਂ ਸੋਚ ਕੇ ਜਵਾਬ ਦਿੱਤਾ? ਕਹਿਣ ਲੱਗਾ, ਸੋਚਣ ਦੀ ਲੋੜ ਹੀ ਕੋਈ ਨਹੀਂ, ਹਰ ਵੇਲੇ ਹੱਥ ਸਾਹਮਣੇ ਰਹਿੰਦਾ ਹੈ, ਮੈਨੂੰ ਪਤਾ ਉਂਗਲੀਆਂ 5 ਹੁੰਦੀਆਂ ਨੇ। ਫਰਮਾਇਆ, ਮੈਂ ਵੀ ਕਿਉਂ ਸੋਚ ਕੇ ਜਵਾਬ ਦੇਵਾਂ ਜਿਵੇਂ ਹੱਥ ਤੇਰੇ ਸਾਹਮਣੇ ਰਹਿੰਦਾ ਹੈ? ਕਾਇਨਾਤ ਅਲੀ ਦੇ ਸਾਹਮਣੇ ਰਹਿੰਦੀ, ਕਾਇਨਾਤ ਅਲੀ ਦੇ ਸਾਹਮਣੇ ਰਹਿੰਦੀ ਹੈ। ਉਹ ਕਹਿਣ ਲੱਗਾ, ਮੰਨ ਗਿਆ ਤੂੰ ਰਾਜ਼ਦਾਰ, ਸ਼ਫੀ ਜਲੀ ਹੈ, ਕਿਧਰ ਵੀ ਦੇਖੋ ਅਲੀ ਅਲੀ ਹੈ, ਤੂੰ ਰਾਜ਼ਦਾਰ, ਸ਼ਫੀ ਜਲੀ ਹੈ, ਕਿਧਰ ਵੀ ਦੇਖੋ। ਹੁਣ ਅਲੀ ਦਾ ਮਲੰਗ ਬੋਲੇ, ਕਿਧਰ ਵੀ ਦੇਖੋ ਅਲੀ ਅਲੀ ਹੈ, ਤੂੰ ਰਾਜ਼ਦਾਰ, ਖਫੀ ਜਲੀ ਹੈ, ਕਿਧਰ ਵੀ ਦੇਖੋ ਅਲੀ ਅਲੀ ਹੈ, ਕਿਧਰ ਵੀ ਦੇਖੋ ਅਲੀ ਅਲੀ ਹੈ, ਕਿਧਰ ਵੀ ਦੇਖੋ ਅਲੀ ਅਲੀ ਹੈ। ਔਰ ਜਵਾ ਮਦੀਨ ਕੀ ਹਰ ਗਲੀ ਹੈ, ਕਿਧਰ ਵੀ ਦੇਖੋ ਅਲੀ। ਫਿਰ ਬੋਲਿਓ, ਜਿੱਧਰ ਵੀ ਦੇਖੋ, ਜਿਹੜਾ ਆਪਣੇ ਅੰਦਰ ਝਾਤੀ ਮਾਰ ਕੇ ਫਿਰ ਮੈਨੂੰ ਦੱਸ, ਜਿੱਧਰ ਵੀ ਦੇਖੋ ਭਾਈ ਜਿਹਦੇ ਅੰਦਰ ਅਲੀ, ਉਹ ਬੋਲੇ ਜਿੱਧਰ ਵੀ ਦੇਖੋ ਅਲੀ ਅਲੀ ਹੈ। ਗ੍ਰਾਮੀ ਕਦਰ ਹਜ਼ਰਾਤ, ਪਤਾ ਲੱਗਿਆ ਅਲੀ ਮੌਲਾ ਵੀ ਹੈ। ਅਲੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਉਹ ਸੋਹਣਾ ਵੀਰ ਤੇ ਸੋਹਣਾ ਸਹਾਬੀ ਰਸੂਲ ਹੈ, ਜਿਹੜਾ ਸਾਰੇ ਵਲੀਆਂ ਦਾ ਇਮਾਮ ਵੀ ਹੈ, ਤਾਜਦਾਰ ਵਿਲਾਇਤ ਵੀ ਹੈ, ਔਰ ਅਜ਼ਮਤ ਦਾ ਤਾਜਦਾਰ ਵੀ ਹੈ, ਸੁਨੀਆਂ ਦਾ ਪੀਰ ਵੀ ਹੈ, ਸਹਾਬਾ ਦਾ ਮਸ਼ੀਰ ਵੀ ਹੈ। ਮੈਨੂੰ ਇਹਨਾਂ ਆਖਿਆ ਸੀ, ਹਜ਼ਰਤ ਦਾ ਇਹ ਕਲਬੀ ਵਾਲਾ ਵਾਕਿਆ ਮੈਂ ਸੁਣਾ ਦਿਓ, ਅੱਜ ਉਧਾਰ ਨਹੀਂ ਕਰ ਲੈਂਦੇ ਤਬੀਅਤ ਦੀ ਜ਼ਰਾ ਨਹੀਂ ਕਰਨਾ ਦਾ। ਲਓ ਜੀ, ਉਹ ਕਹਿੰਦੇ ਨੇ ਉਧਾਰ ਨਹੀਂ ਕਰਨਾ ਜੀ, ਵੀ ਹੈ ਜੀ।
ਇਹ ਬਈ ਇਹ ਕਿਲਾਨ ਸੁਣ ਲਓ ਇਨਸ਼ਾਅੱਲਾ ਮਹਿਫਿਲ ਨਵੀਂ ਸਾਲਾਨਾ ਹੈ ਨਾ ਨਵੀਂ ਸਾਲਾਨਾ ਮਹਿਫਿਲ ਮਿਲਾਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ 2 ਮਾਰਚ ਬਰੋਜ਼ ਹਫ਼ਤਾ ਬਾਅਦ ਨਮਾਜ਼ ਇਸ਼ਾ ਇਨਸ਼ਾ ਅੱਲਾਹੁ ਅਜ਼ੀਜ਼ ਗੱਲਾਂ ਮੰਡੀ ਸ਼ੇਖੋਪੁਰਾ ਇਨਸ਼ਾਅੱਲਾ ਸਾਲਾਨਾ ਮਹਿਫਿਲ ਮਿਲਾਦ ਹੋਵੇਗੀ ਤੇ 7 ਉਮਰੇ ਦੇ ਟਿਕਟ ਹੋਣਗੇ ਕਿੰਨੇ 7 ਉਮਰੇ ਦੇ ਟਿਕਟ ਗੱਲਾਂ ਮੰਡੀ ਮੇਰੇ ਇੰਤਹਾਈ ਮੌਜ਼ਦ ਜਨਾਬੀ ਅਲਾਮਾ ਸੁਫੀਆਨ ਅਸੀ ਸਾਹਿਬ ਦੇ ਜ਼ੇਰੇ ਨਿਗਰਾਨੀ ਔਰ ਬਾਈ ਰਾਣਾ ਉਮੈਰ ਸਾਹਿਬ ਦੀ ਜ਼ੇਰੇ ਇਹਤਮਾਮ ਇਸ ਅਜ਼ੀਮ ਸ਼ਾਨ ਨਾਮੀ ਸਾਲਾਨਾ ਮਹਿਫਿਲ ਮਿਲਾਦ ਦਾ ਇਨਕਾਦ ਹੋਵੇਗਾ ਜਿਹਦੇ ਵਿੱਚ ਹਜ਼ਰਤ ਅਲਾਮਾ ਜਮਾਲਉਦੀਨ ਬਗਦਾਦੀ ਸਾਹਿਬ ਵੀ ਹੋਣਗੇ ਅਲਾਮਾ ਸੈਯਦ ਬੁਰਹਾਨ ਸ਼ਾਹ ਸਾਹਿਬ ਹੈਦਰੀ ਆਪ ਵੀ ਹੋਣਗੇ ਔਰ ਮੈਂ ਵੀ ਹੋਵਾਂਗਾ ਮੁਹੰਮਦ ਸ਼ਹਿਬਾਜ਼ ਸਮੀ ਸਾਹਿਬ ਵੀ ਹੋਣਗੇ ਔਰ ਦੀਗਰ ਸਨਾ ਖਾਨ ਰਸੂਲ ਵੀ ਔਰ ਉਲਮਾ ਕਿਰਾਮ ਵੀ ਤਸ਼ਰੀਫ ਲੈ ਕੇ ਆਵਣਗੇ ਤੁਸੀਂ ਵੀ ਆਓਗੇ ਨਾ ਇਹ ਬਸ 2 ਮਾਰਚ ਨੂੰ ਤੁਸੀਂ ਯਾਦ ਰੱਖਣਾ ਹੈ ਗੱਲਾ ਮੰਡੀ ਸ਼ੇਖੋਪੁਰਾ 7 ਉਮਰੇ ਦੇ ਟਿਕਟ ਹੋਣਗੇ ਇਸ ਮਹਿਫਲੇ ਮਿਲਾਦ ਸ਼ਰੀਫ ਦੇ ਵਿੱਚ ਤੁਸੀਂ ਜ਼ਰੂਰ ਸ਼ਿਰਕਤ ਕਰਨੀ ਬਾਈ ਉਹ 5ਵੀਂ ਪਰਚੀ ਉਸੇ ਸ਼ੇਰ ਦੀ ਆਈ ਹੈ ਉਹ ਕਹਿੰਦੇ ਨੇ ਪੜ੍ਹ ਦਿਓ ਤੇ ਨਾ ਪੜ੍ਹਾਂ ਤੇ ਗੁਜ਼ਾਰਾ ਵੈਸੇ ਮੇਰਾ ਆਪਣਾ ਵੀ ਨਹੀਂ ਹੁੰਦਾ ਬਨਨ ਚੰਨਨ ਤੇ ਲਾਸ਼ਾਨੀ ਖੁਦਾਈ ਪੈਰ ਚੁੱਕਦੀ ਏ ਬਨਨ ਚੱਲਣ ਤੇ ਲਾਸ਼ਾਨੀ ਖੁਦਾਈ ਪੈਰ ਚੁੱਕਦੀ ਏ ਬਨਨ ਚੱਲਣ ਤੇ ਲਾਸ਼ਾਨੀ ਖੁਦਾਈ ਪੈਰ ਚੁੰਮਦੀ ਏ ਨਜ਼ਰ ਚੂਰੇ ਤੇ ਬਲੀਆਂ ਦੀ ਬੜੀ ਅਕਸੀਰ ਵੇਖੀ ਏ ਨਜ਼ਰ ਚੂਰੇ ਤੇ ਬਲੀਆਂ ਦੀ ਬੜੀ ਅਕਸੀਰ ਵੇਖੀ ਆਖਿਰ ਤੇ ਹਜ਼ਰਤ ਦਾ ਹੀ ਅਕਲ ਵੀ ਵਾਲਾ ਵਾਕਿਆ ਮੈਂ ਰੋਜ਼ਾਨਾ ਹੀ ਸੁਣਾਉਣਾ ਚਲੋ ਮੈਂ ਬਸ ਜਲਦੀ ਜਲਦੀ ਛੋਟਾ ਕਰਕੇ ਅੱਜ ਤਮਹੀਦਨ ਸੁਣਾ ਦੇਵਾਂ ਤੁਹਾਨੂੰ ਨਬੀ ਕਰੀਮ ਅਲੈਹਿ ਸਲਾਮ ਮਦੀਨੇ ਦੀ ਗਲੀ ਚੋਂ ਗੁਜ਼ਰੇ ਤੇ ਸੋਹਣਾ ਜਿਹਾ ਨੌਜਵਾਨ ਵੇਖਿਆ ਜਿਹਦਾ ਨਾਮ ਹੈ ਦਾਹੀਆ ਕਲਬੀ ਅਲਾਮਾ ਬਦਰੁਦੀਨ ਅਨੀ ਰਹਿਮਤੁਲਲਾਹ ਅਲੈਹ ਬੁਖਾਰੀ ਸ਼ਰੀਫ ਦੀ ਸ਼ਰਹ ਫਰਮਾਉਂਦੇ ਨੇ ਇਤਨਾ ਹਸੀਨ ਸੀ ਕਿ ਆਪਣੇ ਚਿਹਰੇ ਤੇ ਨਕਾਬ ਰੱਖਦਾ ਸੀ ਔਰ ਹਜ਼ਰਤ ਸ਼ੇਖ ਮੁਹੱਕਕ ਅਲਾਮਾ ਅਬਦੁਲ ਹੱਕ ਮੁਹੱਦਸ ਦਿਹਲੀ ਰਹਿਮਤੁਲਲਾਹ ਅਲੈਹ ਫਰਮਾਉਂਦੇ ਨੇ ਕਿ ਇਤਨਾ ਹਸੀਨ ਸੀ ਕਿ ਔਰਤਾਂ ਦਰਵਾਜ਼ੇ ਪਿੱਛੇ ਛੁਪ ਕੇ ਉਹਦਾ ਰਸਤਾ ਉਡੀਕਦੀਆਂ ਸਨ ਕਿ ਕਦੋਂ ਗੁਜ਼ਰੇ ਤੇ ਵੇਖ ਲਈਏ ਉਹ ਕਿੰਨਾ ਕੁ ਸੋਹਣਾ ਹੋਵੇਗਾ ਉਹ ਜਿਹੜਾ ਮੇਰੇ ਨਬੀ ਨੂੰ ਸੋਹਣਾ ਲੱਗਾ ਹੋਵੇਗਾ ਕਿੰਨੇ ਉਮਰੇ ਦਾ ਟਿਕਟ ਲੈਣਾ ਉਹ ਬੋਲੇ ਸੁਭਾਨ ਅੱਲਾਹ ਕੌਣ ਹੈ ਦਿਵਾਲੀ ਨੇ ਰਾਤ ਨੂੰ ਦੁਆ ਕੀਤੀ ਅੱਲਾਹੁਮ ਅਰਜ਼ੁਕ ਲਿਸਲਾਮ ਅਦਹੀਆ ਤਕਲਬੀ ਅਰਜ਼ ਕੀਤੀ ਯਾ ਅੱਲਾ ਐਡਾ ਸੋਹਣਾ ਬਣਾਈ ਦੋਜ਼ਖ ਚ ਨਾ ਸੜ ਜਾਏ ਇਹਨੂੰ ਮੇਰੀ ਗੁਲਾਮੀ ਅਤਾ ਕਰ ਮੈਨੂੰ ਜੰਨਤ ਦਾ ਵਾਰਿਸ ਬਣਾ ਦੇਵਾ ਸੁਬਦਾਈ ਕਲਬੀ ਆ ਗਏ ਤੇ ਅਰਜ਼ ਕੀਤੀ ਸੋਹਣਿਆ ਮੈਨੂੰ ਅੱਲਾਹ ਦਾ ਪੈਗਾਮ ਸੁਣਾਓ ਨਬੀ ਕਰੀਮ ਨੇ ਅੱਲਾਹ ਦੀ ਵਹਦਾਨੀਅਤ ਤੇ ਆਪਣੀ ਖਤਮੀ ਨਬੂਵਤ ਦਾ ਐਲਾਨ ਸੁਣਾਇਆ ਉਹਨੇ ਅਰਜ਼ ਕੀਤੀ ਸੋਹਣਿਆ ਮੈਂ ਕਲਿਮਾ ਤੇ ਪੜ੍ਹ ਲਵਾਂ ਮਗਰ ਗੁਨਾਹ ਬੜੇ ਕੀਤੇ ਨੇ ਤੇਰੇ ਰੱਬ ਨੇ ਮਾਫ ਨਹੀਂ ਕਰਨਾ ਫਰਮਾ ਤੂੰ ਮੇਰਾ ਕਲਮਾ ਪੜ੍ਹ ਰੱਬ ਦਾ ਮੇਰੇ ਨਾਲ ਐਗਰੀਮੈਂਟ ਜਿਹੜਾ ਮੇਰਾ ਹੋ ਜਾ ਰੱਬ ਉਹਨੂੰ ਕੁਛ ਨਹੀਂ ਕਹਿੰਦਾ ਯੋਮ ਅਲਾ ਯੁਖਦਿਲਲਾਹੁ ਨਬੀ ਵੱਲਦੀਨ ਆਮਨੂ ਮਾਹੂ ਜਿਹੜੇ ਨਬੀ ਦੇ ਨਾਲ ਆਉਣੇ ਨੇ ਰੱਬ ਨੇ ਉਹਨਾਂ ਨੂੰ ਕੁਛ ਨਹੀਂ ਕਹਿਣਾ ਗਮ ਵੀ ਨਹੀਂ ਆਉਂਦੇ ਨਾ ਉਹਨੇ ਕਲਮਾ ਪੜਿਆ ਤੇ ਰੋਦੇ ਫਰਮਾ ਹੁਣ ਕਿ ਉਹਨਾਂ ਨੇ ਅਰਜ਼ ਕੀਤੀ ਯਾ ਰਸੂਲ ਅੱਲਾਹ ਮੈਂ ਆਪਣੇ ਕਬੀਲੇ ਦੀਆਂ 70 ਬੱਚੀਆਂ ਜ਼ਿੰਦਾ ਦਫਨ ਕਰਕੇ ਆ
ਤੇ ਰੱਬ ਨੇ ਇਹ ਗੁਨਾਹ ਤੇ ਨਹੀਂ ਮਾਫ ਕਰਨਾ ਮੇਰੇ ਨਬੀ ਨੂੰ ਤੇ ਅੱਲਾਹ ਫਰਮਾਇਆ ਇਹ ਵੀ ਮਾਫ ਹੈ ਆਈਂਦਾ ਨਾ ਕਰੀ ਫਿਰ ਰੋ ਰੇ ਫਰਮਾ ਹੁਣ ਕਿਉਂ ਰੋਣਾ ਅੱਜ ਕਿਤੇ ਇੱਕ ਗੁਨਾਹ ਯਾਦ ਹੈ ਰੱਬ ਨੇ ਉਹ ਨਹੀਂ ਮਾਫ ਕਰਨਾ ਫਰਮਾ ਉਹ ਵੀ ਸੁਣਾ ਅਰਜ਼ ਕੀਤੀ ਸੈਯਦ ਆਲਮ ਮੇਰੇ ਘਰ ਬੱਚੀ ਬੱਚੇ ਦੀ ਵਿਲਾਦਤ ਦਾ ਵੇਲਾ ਸੀ ਤੇ ਮੈਂ ਕਈ ਸਾਲ ਦੇ ਵਾਸਤੇ ਮੁਲਕੇ ਹਿੰਦੁਸਤਾਨ ਦੇ ਕਿਸੇ ਮੁਲਕੇ ਚ ਜਾ ਰਿਹਾ ਤਿਜਾਰਤ ਵਾਸਤੇ ਬੀਵੀ ਨੂੰ ਕਹਿ ਕੇ ਗਿਆ ਪੁੱਤਰ ਹੋਇਆ ਤੇ ਪਾਲ ਲਵੀ ਬੇਟੀ ਹੋਈ ਤੇ ਜ਼ਿੰਦਾ ਹੀ ਦਫ਼ਨ ਕਰਾ ਦੇਵੀ ਅੱਜ ਵੀ ਕਈ ਜ਼ਾਲਿਮ ਐਸੇ ਨੇ ਕਿਸੇ ਦੇ ਘਰ ਇੱਕ ਦੋ ਤਿੰਨ ਚਾਰ ਬੇਟੀਆਂ ਪੈਦਾ ਹੋ ਜਾਵਾਂ ਤੇ ਕਹਿੰਦੇ ਨੇ ਬੜਾ ਅਫਸੋਸ ਹੋਇਆ ਤੁਹਾਡੇ ਘਰ ਫਿਰ ਬੇਟੀ ਪੈਦਾ ਹੋ ਗਈ ਤੇ ਉਸ ਨਬੀ ਦਾ ਕਲਮਾ ਪੜਿਆ ਜਿਸ ਨਬੀ ਦੇ ਘਰ ਚੌਥੀ ਬੇਟੀ ਫਾਤਿਮਾ ਪੈਦਾ ਹੋਈ ਫਰਿਸ਼ਤੇ ਮੁਬਾਰਕਾਂ ਦੇ ਨਾਲ ਕੁਰਾਨ ਮਜੀਦ ਚ ਅੱਲਾ ਨੇ ਫਰਮਾਇਆ ਯਹਬੁਲ ਮੈ ਯਸ਼ਾਉ ਇਨਾਸੰ ਵਯਹਬੁਲ ਮੈ ਯਸ਼ਾਉ ਦੁਕੂਰ ਅੱਲਾ ਫਰਮਾਉਂਦਾ ਮੈਂ ਜਿਹਨੂੰ ਚਾਹਾਂ ਬੇਟੀਆਂ ਦੇਵਾਂ ਤੇ ਜਿਹਨੂੰ ਚਾਹਾਂ ਬੇਟੇ ਦੇਵਾਂ ਰੱਬ ਨੇ ਕੁਰਾਨ ਚ ਪੁੱਤਰਾਂ ਦਾ ਜ਼ਿਕਰ ਬਾਅਦ ਵਿੱਚ ਕੀਤਾ ਧੀਆਂ ਦਾ ਜ਼ਿਕਰ ਪਹਿਲੇ ਕੀਤਾ ਤਾਂ ਤੇ ਬਾਬੇ ਕਹਿੰਦੇ ਨੇ ਧੀਆਂ ਪੁੱਤਰ ਪੁੱਤਰ ਧੀਆਂ ਕਦੇ ਨੀ ਕਿਸੇ ਆਖਿਆ ਧੀਆਂ ਪੁੱਤਰ ਧੀਆਂ ਦਾ ਜ਼ਿਕਰ ਕੁਰਾਨ ਚ ਵੀ ਪਹਿਲੇ ਤੇ ਬਾਬੇ ਵੀ ਕਹਿੰਦੇ ਨੇ ਧੀਆਂ ਪੁੱਤਰ ਪਹਿਲੇ ਧੀਆਂ ਦਾ ਜ਼ਿਕਰ ਫਿਰ ਪੁੱਤਰਾਂ ਦਾ ਜ਼ਿਕਰ ਅੱਲਾ ਨੇ ਵੀ ਕੁਰਾਨ ਚ ਪਹਿਲੇ ਧੀਆਂ ਦਾ ਤੇ ਫਿਰ ਪੁੱਤਰਾਂ ਦਾ ਜ਼ਿਕਰ ਕੀਤਾ ਦਾਹੀਆ ਕੱਲ ਵੀ ਅਰਜ਼ ਕੀਤੀ ਸੋਹਣਿਆ ਜਦੋਂ ਮੈਂ ਕਈ ਸਾਲ ਦੇ ਬਾਅਦ ਘਰ ਆ ਕੇ ਦਰਵਾਜ਼ਾ ਖੜਕਾਇਆ ਤੇ ਇੱਕ ਛੋਟੀ ਜਿਹੀ ਬੱਚੀ ਦਰਵਾਜ਼ਾ ਖੋਲਿਆ ਤੇ ਮੈਨੂੰ ਪੁੱਛਦੀ ਤੂੰ ਕੌਣ ਹੈ ਮੈਂ ਪੁੱਛਿਆ ਤੂੰ ਕੌਣ ਤੀਆਂ ਨੂੰ ਪਿਓਵਾਂ ਤੇ ਬੜੇ ਮਾਣ ਹੁੰਦੇ ਨੇ ਵੀਰ ਈਦ ਦੇ ਦਿਨ ਆਵਾਂ ਤੇ ਇਹ ਤੋਂ ਸਾ ਵੇਖਿਆ ਵੀ ਜਵਾਨ ਵੀਰਾਂ ਕੋਲ ਕੱਪੜੇ ਨਹੀਂ ਮੰਗਦੀਆਂ ਬੁੱਢੇ ਅੱਬੂ ਕੋਲ ਮੰਗਦੀਆਂ ਕਿਉਂਕਿ ਤੀਆਂ ਨੂੰ ਪਤਾ ਹੁੰਦਾ ਅੱਬੂ ਬੇਟੀਆਂ ਨੂੰ ਇਨਕਾਰ ਨਹੀਂ ਕਰਦੇ ਉਹ ਯਾਰ ਅੱਜ ਵੀ ਕੋਈ ਬਾਈ ਆਪਣੀ ਬਹਿਣ ਨੂੰ ਝਿੜਕ ਮਾਰੇ ਡਾਂਟ ਦੇਵੇ ਤੇ ਵਡੇਰਾ ਜਾਂ ਬਾਪ ਕਹਿੰਦਾ ਨਾ ਝਿੜਕਾ ਮਾਰੋ ਤੁਹਾਡਾ ਕੁਝ ਨਹੀਂ ਖਾਂਦੀ ਇਹਦਾ ਪਿਓ ਅਜੇ ਜਿਉਂਦਾ ਹੈ ਉਸ ਵੇਲੇ ਤੀਆਂ ਦਿਲ ਚ ਕਹਿੰਦੀਆਂ ਰੱਬਾ ਮੇਰਾ ਬਾਪ ਜਿਉਂਦਾ ਹੀ ਰਵੇ ਤੀਆਂ ਦੇ ਮਾਂ ਬਾਪ ਹੁੰਦੇ ਨੇ ਉਹ ਬੇਟੀ ਨੂੰ ਆਪਣੇ ਬਾਪ ਦੇ ਖੋਰੇ ਕਿੰਨਾ ਕੁ ਮਾਨ ਸੀ ਜਿਹਨੇ ਬਾਪ ਅਜੇ ਵੇਖਿਆ ਹੀ ਉਹ ਖਿਆਲ ਕਰਦੀ ਸੀ ਕਿ ਅੱਬੂ ਪਰਦੇਸ਼ ਗਏ ਨੇ ਆਵਣਗੇ ਤੇ ਮੈਨੂੰ ਵੇਖ ਕੇ ਖੁਸ਼ ਹੋਵਣਗੇ ਮੈਂ ਅੱਬੂ ਦੇ ਬਾਅਦ ਪੈਦਾ ਹੋਈ ਅਜੇ ਬਾਪ ਨੂੰ ਵੇਖਿਆ ਨਹੀਂ ਖਿਲੋਣੇ ਲੈ ਕੇ ਆਵਣਗੇ ਅੱਬੂ ਕੱਪੜੇ ਲੈ ਕੇ ਆਵਣਗੇ ਨਾਨਕੇ ਨਹੀਂ ਜਾਂਦੀ ਕਿ ਅੱਬੂ ਆਵਣਗੇ ਤੇ ਅੱਬੂ ਨਾਲ ਜਾਵਾਂਗੇ ਉਹ ਬੱਚੀ ਉਡੀਕਾਂ ਕਰਦੀ ਰਹੀ ਦਹੀ ਅਕਲ ਵੀ ਜਦੋਂ ਪੁੱਛਿਆ ਨਾ ਤੂੰ ਕੌਣ ਹੈ ਤੇ ਬੱਚੀ ਆਪਣਾ ਨਾਮ ਨਹੀਂ ਦੱਸਿਆ ਕਹਿ ਲੱਗੀ ਆਉਣ ਵਾਲਿਆ ਮੈਂ ਆਪਣੇ ਅੱਬੂ ਦੀ ਬੇਟੀ ਹਾਂ ਮੈਂ ਆਪਣੇ ਪਾਪਾ ਦੀ ਬੇਟੀ ਹਾਂ ਮੈਂ ਇਸ ਘਰ ਦੇ ਮਾਲਿਕ ਦੀ ਬੇਟੀ ਹਾਂ ਅਰਜ਼ ਕੀਤੀ ਸੋਹਣਿਆ ਮੇਰੇ ਲੱਭਾਂ ਚੋਂ ਨਿਕਲ ਗਿਆ ਜੇ ਤੂੰ ਘਰ ਦੇ ਮਾਲਿਕ ਦੀ ਬੇਟੀ ਹੈ ਤੇ ਘਰ ਦਾ ਮਾਲਿਕ ਤੇ ਮੈਂ ਹਾਂ ਮੈਂ ਇਸ ਘਰ ਦਾ ਮਾਲਿਕ ਹਾਂ ਅਰਜ਼ ਕੀਤੀ ਕਮਲੀ ਵਾਲੇ ਨੇ ਆਖਿਆ ਬੱਚੀ ਨੇ ਮੇਰੀਆਂ ਲੱਤਾਂ ਨੂੰ ਜੱਫਾ ਮਾਰ ਲਿਆ ਰੋ ਕੇ ਕਹਿਣ ਲੱਗੀ ਬਾਬਾ ਕਿੱਥੇ ਟੁਰ ਗਿਆ ਮੈਂ ਤੇ ਤੇਰੀਆਂ ਰਾਵਾਂ ਵੇਖਦੀ ਰਹੀ ਹਾਂ ਮੈਂ ਤੈਨੂੰ ਵਾਜਾ ਮਾਰਦੀ ਰਹੀ ਹਾਂ ਅਰਜ਼ ਕੀਤੀ ਸੋਹਣਿਆ ਬੱਚੀ ਨੂੰ ਧੱਕਾ ਮਾਰਿਆ ਆਪਣੀ ਬੀਵੀ ਨੂੰ ਪੁੱਛੇ ਕੌਣ ਉਹਦੀ ਮਾਂ ਨੇ ਕਦਮ ਫੜ ਲਏ ਕਹਿਣ ਲੱਗੀ ਦਾਈਆ ਮਾਰੀ ਨਾ ਤੇਰੀ ਬੇਟੀ ਵੀ ਆਪਣੀ ਮਾਂ ਦੀ ਜਾਨ ਅਰਜ਼ ਕੀਤੀ ਸੋਹਣਿਆ ਬੱਚੀ ਦੀ ਸੂਰਤ ਮੇਰੇ ਨਾਲ ਮਿਲਦੀ ਹੈ ਮੇਰੇ ਖੂਨ ਨੇ ਖੌਲਾ ਮਾਰਿਆ ਦਿਲ ਕੀਤਾ ਬੇਟੀ ਨੂੰ ਸੀਨੇ ਨਾਲ ਲਗਾ ਲਵਾਂ ਫਿਰ ਖਿਆਲ ਆਇਆ ਲੋਕਾਂ ਨੇ ਆਖਣਾ ਸਾਡੀਆਂ ਤਪਨ ਕਰਦਾ ਰਿਹਾ ਹੈ ਆਪਣੀ ਨੂੰ ਸੀਨੇ ਨਾਲ ਲਗਾ ਕੇ ਰੱਖਿਆ ਮੈਂ ਆਪਣੀ ਬੀਵੀ ਨੇ ਆਖੇ ਨੂੰ ਤਿਆਰ ਕਰ ਦਫ਼ਨ ਕਰਿਆ ਵਾ ਕੋਈ ਮੈਨੂੰ ਬੇਟੀ ਦਾ ਬਾਪ ਨਾ ਆਖੇ ਅਰਜ਼ ਕੀਤੀ ਸੋਹਣਿਆ ਉਹਦੀ ਮਾਂ ਨੇ ਕਦਮ ਫੜ ਲਏ ਤੇ
ਕਹਿਣ ਲੱਗੀ ਦਾ ਯਾਰ ਮਰੀਨਾ ਇਹਦੀ ਮਾਂ ਮਰ ਜਾਏਗੀ ਬੜੇ ਚਾਵਾਂ ਨਾਲ ਪਾਲਦੀ ਰਹੀ ਆ ਅਰਜ ਕੀਤੀ ਸੋਹਣਿਆ ਦਰਸ਼ਨ ਆਇਆ ਬੀਵੀ ਨੂੰ ਧੱਕਾ ਮਾਰਿਆ ਆਪਣੀ ਬੇਟੀ ਨੂੰ ਲੈ ਕੇ ਜੰਗਲ ਵੱਲ ਜਾ ਰਿਹਾ ਤੋ ਬੇਟੀ ਰਾਹ ਚ ਮੇਰਾ ਮੂੰਹ ਚੁੰਮਦੀ ਹੈ ਮੈਨੂੰ ਪਿਆਰ ਕਰਦੀ ਹੈ ਗੱਲ ਕਹਿੰਦੀ ਹੈ ਬਾਬਾ ਕਿਤੇ ਟੁਰ ਗਿਆ ਮੈਂ ਤੇ ਤੇਰੀਆਂ ਰਾਵਾਂ ਵੇਖਦੀ ਰਹੀ ਆਂ ਮੈਂ ਤੈਨੂੰ ਵਾਜਾਂ ਮਾਰਦੀ ਰਹੀ ਆਂ ਤੇ ਬਾਬਾ ਆ ਗਿਆ ਏ ਖਿਲੋਣੇ ਲੈ ਕੇ ਨਹੀਂ ਆਇਆ ਆਜਾ ਪਤਾ ਹੁਣ ਮੈਨੂੰ ਖਿਲੋਣੇ ਲੈ ਦੇ ਬਾਬਾ ਨਵੇਂ ਜੋੜੇ ਲੈ ਦੇ ਆਜਾ ਨਾਨਕੇ ਚੱਲਨੇ ਅਰਦ ਕੀਤੀ ਸੋਹਣਿਆ ਮੈਂ ਬੱਚੀ ਨਾਲ ਬੋਲਦਾ ਹੀ ਨਹੀਂ ਉਹਨੂੰ ਮੇਰੇ ਆਮਦ ਚਾਂ ਚੜੇ ਹੋਏ ਨੇ ਅਰਦ ਕੀਤੀ ਸੋਹਣਿਆ ਜੰਗਲ ਆਇਆ ਬੱਚੀ ਨੂੰ ਧੁੱਪੇ ਬਿਠਾ ਕੇ ਵੀ ਕਬਰ ਖੋਦ ਰਿਹਾ ਉਹ ਬੱਚੀ ਆਪਣੇ ਦੁਪੱਟੇ ਨਾਲ ਮੇਰਾ ਪਸੀਨਾ ਸਾਫ ਕਰਦੀ ਹੈ ਮੈਨੇ ਪਿਆਰ ਕਰਦੀ ਹੈ ਨਾਲੇ ਪਾਣੀ ਪੀ ਲੈਂਦੀ ਹੈ ਨਾਲੇ ਕਹਿੰਦੀ ਹੈ ਬਾਬਾ ਛਾਵੇਂ ਆ ਜਾਓ ਬੜੇ ਸਾਲਾਂ ਦਾ ਥੱਕਿਆ ਆਇਆ ਹੈ ਆ ਜਾ ਘਰ ਚੱਲਨੇ ਆ ਅਰਦ ਕੀਤੀ ਸੋਹਣਿਆ ਮੈਂ ਬੱਚੀ ਨਾਲ ਬੋਲਦਾ ਹੀ ਨਹੀਂ ਔਲਾਦਾ ਬਾਲਿਓ ਅੱਧੀ ਰਾਤ ਵੇਲੇ ਅੱਜ ਵੀ ਬਾਪ ਘਰੇ ਆਵੇ ਪੁੱਤਰ ਸੌ ਜਾਂਦੇ ਨੇ ਅੱਜ ਵੀ ਧੀਆਂ ਧੀਵਾਂ ਦੀਆਂ ਰਾਵਾਂ ਉਡੀਕਦੀਆਂ ਨੇ ਅਰਜ ਕੀਤੀ ਕੰਨੀ ਵਾਲਿਆ ਕਬਰ ਤਿਆਰ ਹੋਈ ਤੱਕੀ ਕਰੀ ਬਾਈ ਮੈਨੂੰ ਕਬਰ ਚ ਧੱਕਾ ਮਾਰਿਆ ਬੱਚੀ ਦੀਆਂ ਚੀਖਾਂ ਨਿਕਲ ਗਈਆਂ ਮੈਂ ਮਿੱਟੀ ਪਾਉਂਦਾ ਰਿਹਾ ਉਹਨੇ ਨਿੱਕੇ ਨਿੱਕੇ ਹੱਥ ਜੋੜ ਲਏ ਤੇ ਕਹਿਣ ਲੱਗੀ ਬਾਬਾ ਮਰੀਨਾ ਮੈਂ ਤੇ ਤੇਰੀਆਂ ਰਾਵਾਂ ਵੇਖਦੀ ਰਹੀ ਆਂ ਤੇ ਬਾਬਾ ਮਰੀਨਾ ਮੈਂ ਤੇ ਤੈਨੂੰ ਵਾਜਾਂ ਮਾਰਦੀ ਰਹੀ ਆਂ ਤੇ ਬਾਬਾ ਮਰੀਨਾ ਜੇ ਮੇਰੀ ਸੂਰਤ ਚੰਗੀ ਨਹੀਂ ਲੱਗੀ ਕਦੇ ਸਾਹਮਣੇ ਨਹੀਂ ਆਵਾਂਗੀ ਬਾਬਾ ਮਰੀਨਾ ਮੈਂ ਜੋੜ ਵੀ ਨਹੀਂ ਮੰਗਦੀ ਬਾਬਾ ਮਰੀਨਾ ਮੈਂ ਸੂਟ ਵੀ ਨਹੀਂ ਮੰਗਦੀ ਬਾਬਾ ਖਿਲੋਣੇ ਨਹੀਂ ਮੰਗਦੀ ਨਾਨਕ ਵੀ ਨਹੀਂ ਜਾਂਦੀ ਤੇ ਬਾਬਾ ਮਰੀਨਾ ਤੇਰੀ ਸੂਰਤ ਵੇਖ ਜ਼ਿੰਦਗੀ ਗੁਜ਼ਾਰ ਦੇਵਾਂਗੀ ਅਰਜ ਕੀਤੀ ਕੰਨੀ ਵਾਲਿਆ ਤਰਸਨ ਆਇਆ ਮੈਂ ਮਿੱਠੀ ਪਾਉਂਦਾ ਰਿਹਾ ਉਹ ਬਾਬਾ ਬਾਬਾ ਕਹਿੰਦੀ ਰਹੀ ਅਰਜ ਕੀਤੀ ਸੋਹਣਿਆ ਅੱਜ ਵੀ ਰਾਤ ਨੂੰ ਲੇਟ ਨਾ ਕੰਨਾਂ ਚ ਉਹਦੀਆਂ ਬਾਬਾ ਬਾਬਾ ਦੀਆਂ ਆਵਾਜ਼ਾਂ ਆਉਂਦੀਆਂ ਨੇ ਅਰਜ ਕੀਤੀ ਸੋਹਣਿਆ ਉਹਨੇ ਨਿੱਕੇ ਨਿੱਕੇ ਹੱਥ ਜੋੜੇ ਕਹਿਣ ਲੱਗੀ ਬਾਬਾ ਇਹ ਵੀ ਨਹੀਂ ਕਹਿੰਦੀ ਮਰੀਨਾ ਤੇਰੀ ਬੇਟੀਆਂ ਮਾਰ ਜਾਓ ਪਰ ਜਾਂਦੀ ਵਾਰ ਦੱਸ ਜਾਓ ਮੇਰਾ ਕਸੂਰ ਕੀ ਹੈ ਅਰਜ ਕੀਤੀ ਸੋਹਣਿਆ ਤਰਸਨ ਆਇਆ ਮੈਂ ਮਿੱਟੀ ਪਾਉਂਦਾ ਰਿਹਾ ਬੱਚੀ ਜਿਹੜੇ ਵੇਲੇ ਦਫ਼ਨ ਹੋਣ ਦੇ ਕਰੀਬ ਆਈ ਉਹਨੇ ਆਸਮਾਨ ਵੱਲ ਵੇਖਿਆ ਕਹਿਣ ਲੱਗੀ ਨੀਲੀ ਛੱਤ ਵਾਲੇ ਆਓ ਇਹਨਾਂ ਧੀਆਂ ਨੂੰ ਪੈਦਾ ਕਿਉਂ ਕਰਨਾ ਕਦੋਂ ਤੱਕ ਮਰਦੀਆਂ ਰਵਾਂਗੀਆਂ ਕਹਿਣ ਲੱਗੀ ਰੱਬਾ ਮੈਂ ਸੁਣਿਆ ਤੇਰਾ ਇੱਕ ਨਬੀ ਆਉਣਾ ਉਹਨੇ ਆ ਕੇ ਬੇਟੀਆਂ ਨੂੰ ਸੀਨੇ ਨਾਲ ਲਾਉਣਾ ਹੈ ਕਹਿਣ ਲੱਗੀ ਵੀ ਆਉਣ ਵਾਲੇ ਆ ਤੇਰਾ ਜਲਦੀ ਆ ਜਾਓ ਧੀਆਂ ਮਰ ਚਲੀਆਂ ਨੀ ਅਰਦ ਕੀਤੀ ਸੋਹਣਿਆ ਬੱਚੀ ਦੱਬਣ ਹੋ ਗਈ ਮੇਰੇ ਆਕਾ ਨਾਰੇ ਸਰਕਾਰ ਦੀ ਦਾੜੀ ਮੁਬਾਰਕ ਤਰੇ ਗਈ ਸਾਹਾਬਾ ਦਾੜਾ ਮਾਰ ਕੇ ਰੋ ਰਹੇ ਕਿਸੇ ਨੇ ਅੱਗੇ ਦਾਈਆ ਚੁੱਪ ਕਰ ਜਾ ਕਿਉਂ ਪਿਆ ਨਬੀ ਨੂੰ ਰੁਲਾਨਾ ਹੈ ਮੇਰੇ ਆਕਾ ਨੇ ਫਰਮਾਇਆ ਦਾਈਆ ਇੱਕ ਵਾਰੀ ਫੇਰ ਉਸ ਬੇਟੀ ਦੀ ਗੱਲ ਸੁਣਾਓ ਜਿਹੜੀ ਮੁਹੰਮਦ ਦੀ ਆਉਂਦੀ ਕਈ ਕਰਦੀ ਟੁਰ ਗਈ ਦਾਈਆ ਕੱਲ ਵੀ ਦੂਸਰੀ ਵਾਰੀ ਗੱਲ ਸੁਣਾਈ ਤੇ ਹਜ਼ੂਰ ਨੇ ਫਰਮਾਇਆ ਇੱਕ ਵਾਰੀ ਫਿਰ ਸੁਣਾਓ ਤਿੰਨ ਵਾਰੀ ਗੱਲ ਸੁਣ ਕੇ ਫਰਮਾ ਸੁਣੋ ਜਿਹੜੇ ਬੇਟੀਆਂ ਨਾਲ ਪਿਆਰ ਨਹੀਂ ਕਰਦੇ
ਮੇਰੇ ਆਕਾ ਫਰਮਾਇਆ ਜਿਹਨੂੰ ਰੱਬ ਦੋ ਬੇਟੀਆਂ ਦੇਵੇ, ਇੱਕ ਹਦੀਸ ਫਰਮਾਇਆ ਤਿੰਨ ਬੇਟੀਆਂ, ਇਮਾਮੇ ਤਿਰਮਿਜ਼ੀ ਫਰਮਾਇਆ ਹਜ਼ੂਰ ਫਰਮਾਉਂਦੇ ਨੇ ਜਿਹਨੂੰ ਰੱਬ ਦੋ ਬਹਿਨਾਂ ਦੇਵੇ। ਫਰਮਾਇਆ ਮੇਰੀ ਸੁਨਤ ਸਮਝ ਕੇ ਬੇਟੀ ਅਤੇ ਬਹਿਨ ਨੂੰ ਪਾਲ ਕੇ ਜਵਾਨ ਕਰਕੇ ਤੂੰ ਸ਼ਾਦੀ ਕਰੇ, ਕਿਆਮਤ ਨੂੰ ਜੰਨਤ 'ਚ ਮੇਰੇ ਇਤਨਾ ਕਰੀਬ ਹੋਵੇਗਾ ਜਿਵੇਂ ਸ਼ਹਾਦਤ ਦੀ ਉਂਗਲੀ ਅਤੇ ਨਾਲ ਦੀ ਉਂਗਲੀ ਹੋਦੀ ਹੈ। ਜਿਸ ਵੇਲੇ ਤਸ਼ਰੀਫ ਲਿਆਇਆ ਉਹ ਕੁੱਲ ਆਲਮ ਦਾ ਵਾਲੀ, ਧੀਆਂ ਨੂੰ ਵੀ ਇੱਜ਼ਤਾਂ ਮਿਲੀਆਂ, ਭਰ ਗਏ ਖਾਸੇ ਖਾਲੀ। ਹਜ਼ੂਰ ਆਏ ਅਤੇ ਮਾਂ ਦੇ ਕਦਮਾਂ ਥੱਲੇ ਜੰਨਤ ਆ ਗਈ, ਹਜ਼ੂਰ ਆਏ ਅਤੇ ਬਾਪ ਜੰਨਤ ਦਾ ਦਰਵਾਜ਼ਾ ਬਣ ਗਿਆ, ਹਜ਼ੂਰ ਆਏ ਅਤੇ ਨੇਕ ਬੀਵੀ ਜੰਨਤ ਦੀ ਸਾਥੀ ਬਣ ਗਈ, ਹਜ਼ੂਰ ਆਏ ਅਤੇ ਬੇਟੀਆਂ ਅਤੇ ਬਹਿਨਾਂ ਜੰਨਤ ਦੀ ਰਾਹਦਾਰੀ ਅਤੇ ਟਿਕਟਾਂ ਬਣ ਗਈਆਂ। ਬਸ ਹਜ਼ੂਰ ਆਏ ਅਤੇ ਗਰਮ ਹੋ ਗਏ। ਅੱਲਾ ਤਬਾਰਕ ਤਾਲਾ ਦੀ ਬਾਰਗਾਹ ਚ ਦੁਆਏ, ਅੱਲਾ ਸਾਡੀ ਹਾਜ਼ਰੀ ਕਬੂਲ ਫਰਮਾਏ, ਹਜ਼ੂਰ ਦੀ ਸੀਰਤ ਅਮਲ ਦੀ ਤੋਫੀਕ ਨਸੀਬ ਫਰਮਾਏ, ਤੇ ਬਾਏ ਰਸੂਲ ਅਤੇ ਅਤਾਏ ਅਤੇ ਮੁਸਤਫਾ ਦੀ ਤੋਫੀਕ ਨਸੀਬ ਫਰਮਾਏ। ਆਮੀਨ ਵਾ ਆਖਿਰ ਦਵਾਈ ਅਨਿਲ ਹਮਦ।